ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਵੇਖ ਰਹੇ ਹੋ ਸੰਗਤ ਟੈਲੀਵਿਜ਼ਨ ਦਾ ਹਰਮਨ ਪਿਆਰਾ ਪ੍ਰੋਗਰਾਮ ਖਾਲਸਾ ਰਾਜ ਕਿਵੇਂ ਬਣਿਆ। ਹੁਣ ਤੱਕ ਤੁਸੀਂ ਇਸ ਪ੍ਰੋਗਰਾਮ ਦੇ 364 ਐਪੀਸੋਡ ਵੇਖ ਚੁੱਕੇ ਤੇ 365 ਨੰਬਰ ਲੈ ਕੇ ਅਸੀਂ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੋਏ ਹਾਂ। ਸਾਰੀਆਂ ਹੀ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੀ ਹਾਂ ਜਿਹੜੇ ਇਸ ਲੜੀਵਾਰ ਪ੍ਰੋਗਰਾਮ ਨੂੰ ਦੇਖਦੇ ਅਤੇ ਪਸੰਦ ਕਰਦੇ ਹਨ, ਕਿਉਂਕਿ ਇੱਕੋ ਇੱਕ ਪ੍ਰੋਗਰਾਮ ਹੈ ਜਿਸ ਦੇ ਰਾਹੀਂ ਅਸੀਂ ਗੁਰੂ ਸਾਹਿਬ ਜੀ ਦੀ ਜੀਵਨੀ, ਉਹਨਾਂ ਦਾ ਇਤਿਹਾਸ, ਉਹਨਾਂ ਦੀ ਸੋਚ ਜਿਹੜੀ ਹੈ ਸੰਗਤਾਂ ਦੇ ਸਾਹਮਣੇ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਅਤੇ ਖਾਸ ਕਰਕੇ ਧੰਨਵਾਦ ਕਰਦੀ ਹਾਂ ਸਤਿਕਾਰਯੋਗ ਵੀਰ ਜੀ ਰਣਜੀਤ ਸਿੰਘ ਰਾਣਾ ਜੀ ਦਾ, ਜਿਹੜੇ ਕਿ ਸਾਡੇ ਸਾਰੇ ਹੀ ਸਵਾਲਾਂ ਦੇ ਜਵਾਬ ਗੁਰ ਇਤਿਹਾਸ, ਗੁਰਬਾਣੀ ਅਤੇ ਗੁਰ ਫਲਸਫੇ ਦੇ ਆਧਾਰ 'ਤੇ ਹੀ ਦਿੰਦੇ ਨੇ। ਵੀਰ ਜੀ ਨੂੰ ਜੀ ਆਖਦੇ ਹਾਂ, ਸਵਾਗਤ ਕਰਦੇ ਹਾਂ, ਗੁਰੂ ਫਤਿਹ ਸਾਂਝੀ ਕਰਦੇ ਵੀਰ ਜੀ। ਵਾਹਿਗੁਰੂ ਜੀ ਜੀ ਕਾ ਕਾ ਖਾਲਸਾ, ਖਾਲਸਾ ਵਾਹਿਗੁਰੂ ਜੀ ਜੀ ਕੀ ਕੀ ਫਤਿਹ। ਫਤਿਹ ਨਾਲ ਹੀ ਨਾਲ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਵੀ ਕਰਦੇ ਕਿ ਇਹਨਾਂ ਪ੍ਰੋਗਰਾਮਾਂ ਦਾ ਜਿੱਥੇ ਤੁਸੀਂ ਆਨੰਦ ਮਾਣਦੇ ਹੋ ਇਹਨਾਂ ਪ੍ਰੋਗਰਾਮਾਂ ਨੂੰ, ਤੁਸੀਂ ਸਪੌਂਸਰ ਵੀ ਜ਼ਰੂਰ ਕਰਾਇਆ ਕਰੋ। ਉਮੀਦ ਹੈ ਤੁਸੀਂ ਕਿ ਮੇਰੀ ਇਸ ਬੇਨਤੀ ਨੂੰ ਜ਼ਰੂਰ ਪ੍ਰਵਾਨ ਕਰੋਗੇ। ਅੱਜ ਦਾ ਸਵਾਲ ਵੀਰ ਜੀ, ਪਿਛਲੇ ਐਪੀਸੋਡ ਵਿੱਚ ਵਿਚਾਰ ਕੀਤੀ ਜਾ ਰਹੀ ਸੀ ਕਿ ਕਲਗੀਧਰ ਪਾਤਸ਼ਾਹ ਸ੍ਰੀ ਅਨੰਦਪੁਰ ਸਾਹਿਬ ਨੂੰ ਉਹਨਾਂ ਨੇ ਛੱਡ ਦਿੱਤਾ ਜਦੋਂ ਬਾਈਧਾਰ ਦੇ ਪਹਾੜੀ ਰਾਜਿਆਂ ਨੇ ਗੁਰੂ ਸਾਹਿਬ ਜੀ ਨੂੰ ਇੱਕ ਬੇਨਤੀ ਪੱਤਰ ਲਿਖਿਆ ਅਤੇ ਉਹਨਾਂ ਨੇ ਸਹੁੰ ਵੀ ਖਾਧੀ ਕਿ ਤੁਸੀਂ ਅਨੰਦਪੁਰ ਨੂੰ ਛੱਡ ਦਿਓ ਅਤੇ ਅਸੀਂ ਕੁਛ ਨਹੀਂ ਕਰਾਂਗੇ, ਪਰ ਇੱਕ ਵਿਖਾਵੇ ਵਾਸਤੇ ਅਸੀਂ ਤੁਹਾਨੂੰ ਇਹ ਬੇਨਤੀ ਕਰ ਰਹੇ ਹਾਂ। ਅਤੇ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਉਹਨਾਂ ਦੀ ਉਹ ਬੇਨਤੀ ਨੂੰ ਪ੍ਰਵਾਨ ਕਰ ਲਿਆ, ਪਰ ਜਿਹੜੇ ਕਲਗੀਧਰ ਪਾਤਸ਼ਾਹ ਜੀ ਨੇ ਜਦੋਂ ਉਹਨਾਂ ਅਨੰਦਪੁਰ ਨੂੰ ਛੱਡਿਆ ਅਤੇ ਪਹਾੜੀ ਰਾਜਿਆਂ ਨੇ ਮੁੜ ਉਹਨਾਂ 'ਤੇ ਹਮਲਾ ਕਰ ਦਿੱਤਾ, ਜਿਸ ਜਗ੍ਹਾ 'ਤੇ ਉਹਨਾਂ ਨੇ ਹਮਲਾ ਕੀਤਾ ਉਸ ਜਗ੍ਹਾ ਦਾ ਨਾਂ, ਉਸ ਕਹਿ ਦਈਏ ਕਿ ਨਰਮੋਹਗੜ੍ਹ, ਉਸ ਜੰਗ ਨੂੰ ਜਿਹੜਾ ਉਹ ਨਾਂ ਦਿੱਤਾ ਗਿਆ। ਇਹ ਜੰਗ ਜਿਹੜੀ ਆ ਉਹ ਕਈ ਦਿਨ ਚੱਲਦੀ ਰਹੀ। ਨਿਰਮੋਹਗੜ੍ਹ ਵਾਲੀ ਜੰਗ ਦੀ ਝੜਪ ਤੋਂ ਬਾਅਦ ਜਿਹੜਾ ਸੀ ਉਹ ਕੀ ਹੋਇਆ ਅਤੇ ਅਗਲੇ ਕਿੰਨੇ ਕੁ ਦਿਨ ਜਿਹੜੇ ਜਿਹੜੀ ਉਹ ਜੰਗ ਉਹ ਚੱਲਦੀ ਰਹੀ ਅਤੇ ਇਸ ਜੰਗ ਨੇ ਕੀ ਰੂਪ ਅਖਤਿਆਰ ਕੀਤਾ, ਅੱਜ ਦੇ ਐਪੀਸੋਡ ਵਿੱਚ ਤੁਸੀਂ ਇਹਦੇ ਬਾਰੇ ਸੰਗਤਾਂ ਦੇ ਨਾਲ ਸਾਂਝ ਪਾਓ। ਹਾਂਜੀ, ਸਭ ਤੋਂ ਪਹਿਲਾਂ ਤਾਂ ਤੁਹਾਡਾ ਧੰਨਵਾਦ। ਤੁਸੀਂ ਇਤਿਹਾਸ ਦੀ ਚੱਲਦੀ ਹੋਈ ਲੜੀ ਨੂੰ ਜੋੜਿਆ ਜੀ, ਅਤੇ ਉਸ ਲੜੀ ਨੂੰ ਗਾਂਹ ਤੋਰਨ ਦੇ ਲਈ ਇੱਕ ਸਵਾਲ ਵੀ ਖੜਾ ਕੀਤਾ। ਹਾਂਜੀ, ਤੁਹਾਡੇ ਸਵਾਲ ਦਾ ਜਵਾਬ ਦੇਣ ਤੋਂ ਪਹਿਲਾਂ ਦੋ ਤਿੰਨ ਗੱਲਾਂ ਸਾਂਝੀਆਂ ਛੋਟੀ ਛੋਟੀ ਕਰ ਲੈਂਦਾ ਜੀ ਜੀ। ਇੱਕ ਤਾਂ ਕਿ ਪਹਾੜੀਆਂ ਨੇ ਅਨੰਦਪੁਰ ਦੇ ਉੱਤੇ ਜਿਹੜੇ ਹਮਲੇ ਕੀਤੇ, ਜਿਹਨਾਂ ਦਾ ਆਪਾਂ ਪਿੱਛੇ ਜ਼ਿਕਰ ਕਰਕੇ, ਹਾਂਜੀ ਹਾਂਜੀ, ਉਹ ਅਗਸਤ ਦੇ ਵਿੱਚ ਹਮਲੇ ਸ਼ੁਰੂ ਹੋ ਗਿਆ ਸੀ ਜੀ, ਅਗਸਤ ਦੇ ਅੱਧ ਤੋਂ ਲੈ ਕੇ ਹਾਂਜੀ, ਅਤੇ ਕਰੀਬ ਕਰੀਬ ਸਤੰਬਰ ਦੇ ਅੱਧ ਤੱਕ, ਮਹੀਨਾ ਦੇ ਦਾ ਸਮਾਂ ਰੱਖੋ ਤੁਸੀਂ, ਤਿੰਨ ਹਫ਼ਤੇ ਕੁ ਦਾ ਮਹੀਨੇ ਦਾ ਇੱਕ ਸਮਾਂ ਜਿਹੜਾ ਉਹ ਅਨੰਦਪੁਰ ਦੇ ਆਲੇ ਦੁਆਲੇ ਰਹੇ ਜੀ। ਅਗਸਤ ਅੱਧ ਤੋਂ ਲੈ ਕੇ ਸਤੰਬਰ ਅੱਧ ਤੱਕ ਜੀ, ਉਹਦੇ ਵਿੱਚ ਜਿਹੜਾ ਪਹਿਲਾ ਹਮਲਾ, ਘੇਰਾ ਪਾ ਕੇ ਬੈਠੇ ਦਾ, ਫੌਜਾਂ ਭੇਜੀਆਂ, ਅਤੇ ਜਿਹੜਾ ਪਹਿਲਾ ਹਮਲਾ ਹੋਇਆ ਉਹਨਾਂ ਦਾ ਕਿਲ੍ਹੇ ਦੇ ਉੱਤੇ, ਜਿਹੜਾ ਪਹਿਲਾ ਹਮਲਾ ਕੀਤਾ ਤਾਰਾਗੜ੍ਹ ਦੇ, ਉਹ ਸੀ 29 ਅਗਸਤ 1700 ਜੀ। ਅਤੇ ਜਿਹੜਾ ਉਹਨਾਂ ਨੇ ਆਖਰੀ ਹਮਲਾ ਕੀਤਾ ਉਹ ਸਤੰਬਰ ਦੇ ਵੱਡਾ ਹਮਲਾ ਜਿਹਨੂੰ ਕਹਿੰਦੇ, ਕਿਲ੍ਹੇ ਉੱਤੇ ਜਿਹੜਾ ਹਮਲਾ ਹੋਇਆ, ਉਹ ਜਿੱਥੇ ਲੋਹਗੜ੍ਹ ਦੇ ਵਿੱਚ ਹਾਥੀ ਲੈ ਕੇ ਆਏ ਸੀ ਜੀ ਜੀ, ਉਹ ਜਿਹੜਾ ਵੱਡਾ ਹਮਲਾ ਸੀ ਉਹ ਸੀਗਾ ਤਕਰੀਬਨ ਸਤੰਬਰ ਦੀ 8-10 ਤਰੀਕ ਨੂੰ ਠੀਕ। ਇਹ ਬਾਕੀ ਉਹ ਬਾਅਦ 'ਚ ਪਿੱਛੇ ਹੌਲੀ ਹੌਲੀ ਹਟੇ, ਛੋਟੀ ਮੋਟੀ ਝੜਪਾਂ ਹੁੰਦੀਆਂ ਰਹੀਆਂ, ਤਕਰੀਬਨ ਇੱਕ ਘੰਟਾ ਲੜਾਈ, ਇੱਕ ਮਹੀਨਾ ਜਾਣੀ ਕਿ ਲੜਾਈ ਵਰਗਾ ਮਾਹੌਲ ਬਣਿਆ ਰਿਹਾ, ਝੜਪਾਂ ਹੁੰਦੀਆਂ ਰਹੀਆਂ, 4-5 ਵਾਰੀ ਹਮਲਾਵਰ ਹੋਏ, ਦਿਸ਼ਾ ਬਦਲ ਬਦਲ ਕੇ ਹੋਏ, ਦਸ਼ਾ ਬਦਲ ਬਦਲ ਕੇ ਹੋਏ, ਆਪਾਂ ਜਿੱਦ ਪਹਿਲਾਂ ਤਣਾਅ ਜਿਹਾ ਰਿਹਾ, ਉਦੋਂ ਬਾਅਦ ਉਹ ਵਾਪਸ ਮੁੜ ਗਿਆ ਜੀ। ਫਿਰ ਸਤੰਬਰ ਦੇ ਅੱਧ ਤੋਂ ਲੈ ਕੇ ਉਹਨਾਂ ਵੱਲੋਂ ਸੁਲ੍ਹਾ ਦੀਆਂ ਗੱਲਾਂ ਵੀ ਸ਼ੁਰੂ ਹੋਣ ਲੱਗ ਪਈਆਂ ਹਾਂਜੀ, ਵੀ ਗੁਰੂ ਸਾਹਿਬ ਕਿਤੇ ਬਾਈਧਾਰ 'ਤੇ ਹਮਲਾਵਰ ਨਾ ਹੋਣ, ਅਤੇ ਕਿੱਦਾਂ ਸੁਲ੍ਹਾ ਹੋ ਸਕਦੀ ਹੈ, ਕਿੱਦਾਂ ਰਹਿ ਸਕਦੀ, ਉੱਧਰੋਂ ਨਾਲ ਸੁਲ੍ਹਾ ਦੀ ਗੱਲ ਵੀ ਚਲਾ ਰਿਹਾ, ਨਾਲ ਮੁਗਲ ਹਕੂਮਤ ਨੂੰ ਚਿੱਠੀਆਂ ਵੀ ਭੇਜ ਰਿਹਾ, ਤਿਆਰੀ ਵੀ ਕਰਾ ਰਿਹਾ ਜੀ, ਡਰੇ ਵੀ ਹੋਏ ਆ, ਸਹਿਮੇ ਵੀ ਹੋਏ ਆ, ਪਰ ਬਦਲਾ ਵੀ ਲੈਣਾ ਚਾਹੁੰਦੇ ਹਾਰ ਦਾ, ਅਤੇ ਉਹਦੇ ਵਿੱਚੋਂ ਇੱਕ ਰਸਤਾ ਕੱਢਿਆ ਗਿਆ ਜਿਹੜਾ ਸੀ ਵੀ ਮੁਗਲਾਂ ਨੂੰ ਸੱਦਾਂਗੇ, ਫੌਜਾਂ ਨੂੰ ਸੱਦਾਂਗੇ, ਅਤੇ ਫੇਰ ਵੀ ਸਾਡਾ ਖਰਚਾ, ਹਾਂਜੀ ਹਾਂਜੀ, ਆਪ ਹਮਲਾਵਰ ਹੋਣ ਯੋਗੇ ਨੇ, ਗੁਰੂ ਸਾਹਿਬ ਦੇ ਹਮਲੇ ਦਾ ਡਰ ਨਾਲ, ਅਤੇ ਇੱਜ਼ਤ ਦੀ ਗੱਲ ਕੱਢਣ ਦੇ ਲਈ ਉਹਨਾਂ ਵੱਲੋਂ ਬੇਨਤੀ ਰੂਪੀ ਜਿਹੜੀ ਗੱਲ ਕੀਤੀ, ਤੁਸੀਂ ਅਨੰਦਪੁਰ ਛੱਡ ਦਿਓ, ਅਤੇ ਸਤਿਗੁਰੂ ਨੇ ਵੀ, ਸਤਿਗੁਰੂ ਚਾਹੁੰਦੇ ਸਨ ਕਲਾ ਕਲੇਸ਼ ਮੁੱਕੇ, ਅਤੇ ਸਤਿਗੁਰੂ ਨੇ ਇੱਕ ਵਾਰੀ ਉਹਨਾਂ ਦੀ ਬੇਨਤੀ ਮੰਨ ਕੇ ਅਨੰਦਪੁਰ ਸਾਹਿਬ ਛੱਡ ਦਿੱਤਾ, ਅਤੇ ਜਦੋਂ ਕੀਰਤਪੁਰ ਤੋਂ ਗਾਂਹ ਪਹੁੰਚੇ, ਕੀਰਤਪੁਰ ਤੱਕ ਨਹੀਂ ਉਹਨਾਂ ਹਮਲਾ ਕੀਤਾ, ਜਦੋਂ ਕੀਰਤਪੁਰ ਤੋਂ ਗਾਂਹ ਪਹੁੰਚੇ, ਜਦੋਂ ਗੁਰੂ ਸਾਹਿਬ ਮੂਹਰੇ ਪਹੁੰਚ ਚੁੱਕੇ ਸੀ, ਉਹਨਾਂ ਪਿੱਛੇ ਸਿੱਖਾਂ ਦੇ ਉੱਤੇ ਹਮਲਾ ਕਰਤਾ, ਉੱਥੇ ਕੁਛ ਸਿੰਘ ਸ਼ਹੀਦ ਹੋਏ, ਆਪਾਂ ਉਹਨਾਂ ਦਾ ਜ਼ਿਕਰ ਕਰਾਂਗੇ ਜੇ ਤੁਸੀਂ ਆਗਿਆ ਦਿਓਗੇ ਤਾਂ, ਔਰ ਨਰਮੋਹਗੜ੍ਹ ਦੀ ਫਿਰ ਲੜਾਈ ਜੰਗ ਸ਼ੁਰੂ ਹੋ ਗਈ। ਇਹ ਜਿਹੜਾ ਵਾਕਿਆ ਨਰਮੋਹਗੜ੍ਹ ਦੀ ਜੰਗ ਦਾ, ਇਹ ਅਕਤੂਬਰ ਦੇ ਪਹਿਲੇ ਹਫ਼ਤੇ ਦਾ ਹੈ, ਜੰਗ ਜਦੋਂ ਸ਼ੁਰੂ ਹੋਈ ਅਕਤੂਬਰ ਦੇ ਪਹਿਲੇ ਹਫ਼ਤੇ ਤੋਂ, ਯਾਨੀ ਕਿ 7-8 ਅਕਤੂਬਰ ਦੇ ਨੇੜੇ ਤੇੜੇ, ਮੈਂ ਉਹ ਇਹ ਜੰਗ ਵੀ 5-7 ਦਿਨ ਚੱਲੀ, ਜਦ ਤੱਕ ਸਤਿਗੁਰੂ ਵਿਸਾਲੀ ਨਹੀਂ
ਪਹੁੰਚ ਗਿਆ ਵਿਸਾਲੀ ਦੇ ਰਾਜੇ ਕੋਲ ਨਹੀਂ ਪਹੁੰਚ ਗਿਆ ਉਦ ਤੱਕ ਇਹ ਜੰਗ ਚੱਲਦੀ ਰਹੀ। ਸੋ ਆਪਾਂ ਪਹਿਲੇ ਦਿਨ ਦੀ ਜੰਗ ਦਾ ਜ਼ਿਕਰ ਕਰ ਚੁੱਕੇ ਹਾਂ ਜੀ। ਸਤਿਗੁਰੂ ਨਰਮੋਹਗੜ੍ਹ ਦੇ ਮੈਦਾਨ 'ਚ ਹੁਣ ਮੈਦਾਨ ਗੱਢ ਕੇ ਬੈਠ ਗਿਆ, ਗਾਂਹ ਨੂੰ ਤੁਰਦੇ ਆ ਅਤੇ ਤਾਂ ਹਮਲਾ ਹੁੰਦਾ ਆ ਅਤੇ ਸਤਿਗੁਰੂ ਨੇ ਉੱਥੇ ਮਤਲਬ ਉਹਨਾਂ ਕਹਿੰਦਾ ਤੁਰਕੇ ਜਦੋਂ ਤੁਰਦੇ ਤੁਸੀਂ ਜਾ ਰਹੇ ਹਾਂ ਹਾਂਜੀ, ਕਾਫਲਾ ਤੁਹਾਡਾ ਹੈ, ਕੁਛ ਅੱਗੇ ਆ ਕੁਛ ਪਿੱਛੇ ਆ, ਜਦੋਂ ਉੱਥੇ ਹਮਲੇ ਹੋਣੇ ਨੁਕਸਾਨ ਬਹੁਤ ਹੋਣਾ। ਕੀਰਤਪੁਰ ਦੇ ਸਰਕਤ ਸਿੰਘਾਂ ਦਾ ਨੁਕਸਾਨ ਵੀ ਹੋਇਆ, ਸਿੰਘ ਸ਼ਹੀਦ ਵੀ ਹੋਏ ਸੀ, ਬੇਸ਼ੱਕ ਬਥਾੜ ਭੰਨੇ ਉਹਨਾਂ ਨੂੰ ਪਿੱਛੇ ਮੋੜਿਆ, ਪਰ ਵਿਸਾ ਕੇ ਕੀਤੇ ਗਏ ਹਮਲੇ ਕਰਕੇ ਨੁਕਸਾਨ ਹੋਇਆ, ਸਿੰਘ ਸ਼ਹੀਦ ਵੀ ਹੋਏ। ਨਰਮੋਹਗੜ੍ਹ 'ਚ ਹੁਣ ਸਤਿਗੁਰੂ ਨੇ ਫਿਰ ਆ ਕੇ ਜਿਹੜੇ ਤੰਬੂ ਟੈਂਟ ਸਾਰੇ ਲੈ ਕੇ ਆਏ ਸੀ ਅਤੇ ਗੜ ਦਿੱਤੇ ਆ ਉਹਨੂੰ, ਮੈਦਾਨ ਨੂੰ ਕਲੀਅਰ ਦੀ ਸ਼ਕਲ ਦੇ ਦਿੱਤੀ ਆ। ਉੱਚੀ ਟਿੱਬੀ 'ਤੇ ਸਤਿਗੁਰੂ ਆਪ ਬੈਠ ਕੇ ਜਾਣੀ ਕਿ ਨਿਗਰਾਨੀ ਕਰਦੇ ਜੰਗ ਦੀ, ਜੇ ਲੋੜ ਪੈਂਦੀ ਤੀਰ ਵੀ ਛੱਡਦੇ ਆ। ਅਤੇ ਆਪਾਂ ਇਹ ਗੱਲ ਦੇਖੀ ਸੀਗੀ ਕਿ ਪਹਿਲੀ ਝੜਪ ਤੋਂ ਬਾਅਦ ਹਾਂਜੀ ਇਹਨਾਂ ਨੇ ਪਹਾੜੀ ਰਾਜਿਆਂ ਨੇ ਦੇਖ ਲਿਆ ਕਿ ਜਿਹੜੇ ਸਿੰਘ ਹਾਂਜੀ ਕਿਲ੍ਹਿਆਂ ਦੇ ਵਿੱਚ ਬੈਠ ਕੇ ਸਾਡਾ ਰਸਤਾ ਡੱਕਦੇ ਸੀਗੇ, ਉਹ ਕਿਲ੍ਹਿਆਂ ਤੋਂ ਬਾਹਰ ਵੀ ਉਨੀ ਤਾਕਤਵਾਰ ਆ, ਮਰਨੋਂ ਨਹੀਂ ਡਰਦੇ। ਔਰ ਜਿਹੜਾ ਤਲੀ ਤੇ ਸਿਰ ਧਰ ਕੇ ਜੰਗ ਦੇ ਮੈਦਾਨ 'ਚ ਕੁੱਦ ਪੈਂਦਾ, ਫਿਰ ਉਹਦਾ ਮੁਕਾਬਲਾ ਨਹੀਂ ਕੀਤਾ ਜਾ ਸਕਦਾ। ਉਹਨੇ ਆਪ ਤਾਂ ਮਰਨਾ ਮੰਨ ਲਿਆ ਹੁੰਦਾ ਆ, ਪਹਿਲਾਂ ਮਰਨ ਕਬੂਲ ਵਾਲੀ ਗੱਲ ਹੋ ਜਾਂਦੀ ਆ, ਪਰ ਉਹ ਮਰਦਾ ਮਰਦਾ ਫਿਰ ਦਸਾਂ ਦਸਾਂ ਨੂੰ ਪੰਜਾਵਾਂ ਪੰਜਾਵਾਂ ਨੂੰ ਸੌ ਸੌ ਨੂੰ ਮਾਰਦਾ ਜ਼ਰੂਰ ਆ। ਅੱਜ ਦੇ ਸਮੇਂ ਦੇ ਵਿੱਚ ਜਦੋਂ ਸਿਕਿਉਰਿਟੀਆਂ ਇੰਨੀਆਂ ਵੱਧ ਗਈਆਂ ਆ, ਜਦੋਂ ਬਹੁਤ ਵੱਡੇ ਸਾਧਨ ਆ ਗਏ ਸਰਕਾਰਾਂ ਕੋਲ ਵੀ ਅਤੇ ਸੰਸਥਾਵਾਂ ਕੋਲ ਵੀ, ਉਦੋਂ ਵੀ ਜੇ ਕੋਈ ਬੰਦਾ ਮਰਨਾ ਮੰਨ ਲੈਂਦਾ ਆ ਕਿ ਮੈਂ ਆਤਮ ਘਾਤੀ ਹਮਲਾ ਕਰਨਾ ਆ, ਉਹਨੂੰ ਵੀ ਡੱਕਿਆ ਨਹੀਂ ਜਾ ਸਕਦਾ। ਵੱਡੀਆਂ ਵੱਡੀਆਂ ਸਰਕਾਰਾਂ, ਵੱਡੇ ਵੱਡੇ ਸਾਧਨਾਂ ਵਾਲ, ਅਤੇ ਸਤਿਗੁਰੂ ਜੀ ਨੇ ਇਹ ਗੱਲ ਸਿਖਾਤੀ ਸੀ ਸਿੱਖਾਂ ਨੂੰ ਵੀ ਜੇ ਤੁਸੀਂ ਛਾਣ ਨਾਲ ਜੀਣਾ ਚਾਹੁੰਦੇ ਆ, ਆਣ ਨਾਲ ਜੀਣਾ ਚਾਹੁੰਦੇ ਆ, ਅਤੇ ਫਿਰ ਛਾਣ ਨਾਲ ਮਰਨਾ ਵੀ ਸਿੱਖੋ। ਜਿਹੜਾ ਬੰਦਾ ਮਰਨ ਤੋਂ ਡਰਦਾ ਆ ਉਹ ਵਧੀਆ ਜ਼ਿੰਦਗੀ ਨਹੀਂ ਜੀ ਸਕਦਾ, ਜਿਹੜਾ ਬੰਦਾ ਗਲਤ ਨੂੰ ਗਲਤ ਨਹੀਂ ਆ ਸਕਦਾ ਉਹ ਆਪ ਸਹੀ ਰਸਤੇ ਨਹੀਂ ਤੁਰ ਸਕਦਾ। ਸਿੱਖ ਨੇ ਸ਼ਾਂਤਮਈ ਰਹਿਣਾ, ਸਿੱਖ ਨੇ ਅਮਲ ਚ ਰਹਿਣਾ, ਸਿੱਖ ਨੇ ਕੜਾ ਕਲੇਸ਼ ਚ ਨਹੀਂ ਪੈਣਾ, ਪਰ ਗਲਤ ਦਾ ਜਿੱਥੇ ਗਲਤ ਆ ਉਹਦਾ ਸਾਥ ਵੀ ਨਹੀਂ, ਜਿੱਥੇ ਜਾਤੀ ਹੋ ਰਹੀ ਜਾਤੀ ਝੱਲਣੀ ਵੀ ਨਹੀਂ। ਜੇ ਤੁਹਾਡੇ ਵਿੱਚ ਨਹੀਂ ਗੱਲ ਹੈਗੀ ਤੇ ਤੁਹਾਡੇ ਨਾਲ ਹਮੇਸ਼ਾ ਜਾਤੀਆਂ ਹੋਣਗੀਆਂ। ਇਹ ਸਤਿਗੁਰੂ ਨੇ ਸਿੱਖਾਂ ਨੂੰ ਗੱਲ ਸਿਖਾਈ ਆ। ਔਰ ਜਿਹੜੇ ਸਿੱਖ ਬਾਣੀ ਨਾਲ ਜੁੜੇ ਆ, ਬਾਣੇ ਨਾਲ ਜੁੜੇ ਆ, ਗੁਰੂ ਨਾਲ ਜੁੜੇ ਆ, ਗੁਰੂ ਦੇ ਸਿਧਾਂਤਾਂ ਨਾਲ ਜੁੜੇ ਆ, ਉਹ ਇੱਥੇ ਪੈਰਾ ਵੀ ਦਿੰਦੇ ਆ। ਔਰ ਸਿੱਖਾਂ ਤਲੀਆਂ 'ਤੇ ਤਕਾ ਕੇ ਬਿਨਾਂ ਕੈਲਕੂਲੇਟ ਕਰਨ ਦੋਗੇ ਦਾ ਫਾਇਦਾ ਕੀ ਹੋਏਗਾ, ਇਹਦਾ ਨੁਕਸਾਨ ਕੀ ਹੋਏਗਾ, ਨਹੀਂ ਹੁਣ ਜੇ ਮੌਤ ਸਾਹਮਣੇ ਹਮਲਾਵਰ ਕੋਈ ਹੋ ਗਿਆ ਆ, ਕੋਈ ਗਲਤ ਕਹਿ ਰਿਹਾ, ਅਤੇ ਫਿਰ ਉਹਦਾ ਹਮਲਾ ਕਿਸੇ ਤਰ੍ਹਾਂ ਦਾ ਵੀ ਹੋਵੇ, ਉਹ ਹਮਲਾ ਬੇਸ਼ੱਕ ਮਾਨਸਿਕ ਹੋਵੇ, ਬੇਸ਼ੱਕ ਉਹ ਸਰੀਰਕ ਹੋਵੇ, ਬੇਸ਼ੱਕ ਕੌਮੀ ਹੋਵੇ, ਬੇਸ਼ੱਕ ਦੇਸ਼ 'ਤੇ ਹੋਵੇ, ਧਰਤੀ 'ਤੇ ਹੋਵੇ, ਉਹਦਾ ਮੁਕਾਬਲਾ ਕਰਨਾ ਫਿਰ ਤਲੀ 'ਤੇ ਟਿਕਾ ਕੇ ਵਾਲੀ ਗੱਲ ਆ। ਅਤੇ ਜਦੋਂ ਤਲੀ 'ਤੇ ਟਿਕਾਉਣ ਵਾਲਾ ਕੋਈ ਹੋਵੇ ਫਿਰ ਮੂਹਰੇ ਖੜਦਾ ਨਹੀਂ ਕੋਈ ਵੀ। ਇਹ ਸਤਿਗੁਰੂ ਨੇ ਆਪਣੇ ਸਿੱਖਾਂ ਨੂੰ ਸਿਖਾਤਾ ਸੀਗਾ। ਅਤੇ ਪਹਾੜੀਆਂ ਨੂੰ ਪਤਾ ਲੱਗ ਗਿਆ ਵੀ ਇਕੱਲੇ ਕਿਲ੍ਹਿਆਂ 'ਚ ਨਹੀਂ ਲੜਨ ਵਾਲੇ, ਇਕੱਲੇ ਪਹਾੜੀਆਂ ਦੀ ਉਲਟ 'ਚ ਨਹੀਂ ਲੜਨ ਵਾਲੇ, ਇਹ ਅਗਲੇ ਮੋਰਚਿਆਂ ਇਹ ਮੈਦਾਨੇ ਜੰਗ ਜਦੋਂ ਤੁਰੇ ਜਾਂਦੇ ਆ ਉਦੋਂ ਵੀ ਜੇ ਇਹਨਾਂ 'ਤੇ ਹਮਲਾਵਰ ਹੋਵਾਂਗੇ ਅਤੇ ਉੱਦਾਂ ਹੀ ਤਲੀ ਦੇ ਉੱਤੇ ਜਾਨਾਂ ਟਿਕਾ ਕੇ ਲੜਨਗੇ। ਅਤੇ ਕੀਰਤਪੁਰ ਤੋਂ ਜਾਂਦੇ ਹੋਏ ਕਾਫਲੇ ਨੇ ਵੀ, ਬੇਸ਼ੱਕ ਪਰਿਵਾਰ ਵੀ ਨਾਲ ਸੀ, ਬੱਚੇ ਵੀ ਨਾਲ ਸੀ, ਪਰ ਉਹਨਾਂ ਨੇ ਜਿੱਦਾਂ ਮੁਕਾਬਲਾ ਕੀਤਾ ਮੈਂ ਪਹਾੜੀਆਂ ਨੂੰ ਦੱਸ ਦਿੱਤਾ ਕਿ ਭਾਈ ਇਹ ਤੁਹਾਨੂੰ ਤਨੇ ਚਨੇ ਚਬਾਉਣਗੇ। ਔਰ ਇਹਨਾਂ ਦੇ ਜਿਹੜੇ ਚਨੇ ਚਬਾਉਣਗੇ ਨਾ, ਇਹ ਉਹ ਲੋਹੇ ਦੇ ਚਨੇ ਆ, ਉਹ ਚੱਬੇ ਨਹੀਂ ਜਾਣੇ। ਸੋ ਆਹ ਜਿਹੜੀ ਗੱਲ ਸੀਗੀ, ਇਸ ਗੱਲ ਨੇ ਪਹਾੜੀ ਰਾਜਿਆਂ ਨੂੰ, ਬਾਈ ਧਰ ਦੇ ਰਾਜਿਆਂ ਨੂੰ, ਰਾਜਾ ਭੀਮ ਚੰਦ ਦੇ ਪੁੱਤਰ ਅਜਮੇਰ ਚੰਦ ਨੂੰ, ਉਹਨਾਂ ਸਾਰਿਆਂ ਨੂੰ ਜਿੰਨੇ ਬੈਠੇ ਸਨ, ਬੇਸ਼ੱਕ ਕਮਾਂਡਰ ਚੰਦ ਸੀ, ਬੇਸ਼ੱਕ ਬਾਕੀ ਰਾਜੇ ਸਨ ਸਾਰੇ, ਉਹਨਾਂ ਨੂੰ ਪਿੱਛੇ ਹੋ ਕੇ ਬੈਠਣ ਲਈ ਇੱਕ ਵਾਰੀ ਮਜਬੂਰ ਕਰ ਦਿੱਤਾ। ਔਰ ਮਜਬੂਰ ਕਰ ਦਿੱਤਾ ਅਤੇ ਉਹਨਾਂ ਨੇ ਇਹ ਫਿਰ ਸੋਚਿਆ ਵੀ ਆਪਾਂ ਇਕੱਲੇ ਨਹੀਂ ਇਹਨਾਂ ਨੂੰ ਹਰਾ ਸਕਦੇ, ਆਪਾਂ ਤੁਰਦਿਆਂ ਹਮਲਾ ਕੀਤਾ ਜੀ, ਉੱਥੇ ਬਰਾਬਰ ਦੇ ਟੱਕਰੇ ਆ, ਉੱਥੇ ਸਾਡਾ ਨੁਕਸਾਨ ਜ਼ਿਆਦਾ ਕਰਕੇ ਆਪਣੇ ਨਾਲੋਂ, ਬੇਸ਼ੱਕ ਅਸੀਂ ਵਿਸਾ ਕੇ ਹਮਲਾ ਕੀਤਾ। ਅਤੇ ਫਿਰ ਹੁਣ ਜਦੋਂ ਨਰਮੋਹਗੜ੍ਹ 'ਚ ਮੈਦਾਨ ਮੱਲ ਕੇ ਬੈਠ ਗਏ, ਤਿਆਰੀ ਕਰਕੇ ਬੈਠ ਗਏ, ਆਲੇ ਦੁਆਲੇ ਆਪਣੇ ਓਟਾਂ ਟਕਾਲੀਆਂ ਹੈਗੀਆਂ ਆ, ਪੂਰੀ ਹੁਸ਼ਿਆਰੀ ਨਾਲ ਬੈਠੇ, ਅਤੇ ਹੁਣ ਮੁਕਾਬਲਾ ਕਰਨਾ, ਇਹਨਾਂ ਨੂੰ ਅਸੀਂ ਹਰਾ ਨਹੀਂ ਸਕਦੇ, ਅਸੀਂ ਨੁਕਸਾਨ ਕਰ ਸਕਦੇ ਹਾਂ, ਪਰ ਜਿੰਨਾ ਨੁਕਸਾਨ ਅਸੀਂ ਕਰਾਂਗੇ ਉਦੋਂ ਕਈ ਗੁਣਾ ਜ਼ਿਆਦਾ ਸਾਡਾ ਨੁਕਸਾਨ ਸਾਡਾ ਹੋ ਜਾਣਾ, ਅਸੀਂ ਹਰਾ ਨਹੀਂ ਸਕਦੇ। ਇਹ ਗੱਲ ਜਿਹੜੀ ਇਹਨਾਂ ਦੇ ਜਦੋਂ ਦਿਮਾਗ 'ਚ ਬੈਠ ਗਈ, ਅਤੇ ਜਿਹੜਾ ਸੀ ਨਾ ਭੀਮ ਚੰਦ, ਅਜਮੇਰ ਚੰਦ ਹੁਣੀ ਸਾਰੇ ਜਿਹੜੇ ਇਹ ਸੀਗੇ, ਇਹਨਾਂ ਨੇ ਆਪਣੇ ਫੌਜਾਂ ਨੂੰ ਜਰਨੈਲਾਂ ਨੂੰ ਪਿੱਛੇ ਹਟਾਇਆ, ਇਹਨਾਂ ਕੋਲ ਤੁਸੀਂ ਬੈਠੋ, ਇਹਨਾਂ ਨੇ ਵੀ ਆ ਕੇ ਸ਼ਾਹੀ ਟਿੱਬੀ ਜਿਹੜਾ ਸੀਗਾ ਸਤਿਗੁਰੂ ਨਰਮੋਹਗੜ੍ਹ 'ਚ ਬੈਠੇ ਆ, ਅਤੇ ਜਿੱਥੇ ਸਤਿਗੁਰੂ ਬਹਿੰਦੇ ਉਹਨੂੰ ਇਤਿਹਾਸ ਨੇ ਸਿੱਖਾਂ ਨੇ ਕਹਿੰਦਾ ਉੱਚੀ ਟਿੱਬੀ, ਸਾਡਾ ਗੁਰੂ ਉੱਚਾ ਆ ਬੈਠਾ ਵੀ ਉੱਚੀ ਥਾਂ 'ਤੇ, ਉਦੋਂ ਨਾਂ ਰੱਖਿਆ ਸਿੱਖਾਂ ਨੇ ਉੱਚੀ ਟਿੱਬੀ। ਪਰ ਜਿੱਥੋਂ ਵਸਾ ਕੇ ਕਾਲਕ ਆਪਣੇ ਮੂੰਹ ਤੇ ਇਹਨਾਂ ਨੇ ਪੋਤੀ ਪਹਾੜੀ ਦਾਜਿਆਂ ਨੇ, ਜਿੱਥੇ ਵਸਾ ਕੇ ਹਮਲਾ ਕੀਤਾ, ਅਜਿਹੀ ਟਿੱਬੀ ਇਹਨਾਂ ਨੇ ਮੰਨ ਲਈ ਸਾਹਮਣੇ ਆ ਕੇ ਸਤਿਗੁਰ ਨੂੰ ਘੇਰਾ ਪਾਉਣ ਲਈ, ਉਹਦਾ ਨਾਂ ਸਿੱਖਾਂ ਨੇ ਰੱਖਿਆ ਉਦੋਂ ਇਹ ਸ਼ਾਹੀ ਟਿੱਬੀ ਆ। ਇਹਨਾਂ ਸ਼ਾਹ ਪੋਤ ਲਈ ਆਪਣੇ ਮੂੰਹ ਦੇ ਉੱਤੇ ਨਾ ਸਾਡਾ ਕੁਝ ਵਿਗਾੜ ਸਕੇ, ਨਾ ਸਾਡੇ ਤੋਂ ਅਨੰਦਪੁਰ ਵਾਪਸ ਲੈ ਸਕੇ, ਬੇਸ਼ੱਕ ਅਸੀਂ ਅਨੰਦਪੁਰ ਛੱਡ ਕੇ ਵੀ ਆ ਗਿਆ ਸੀ,
ਪਰ ਇਹਨਾਂ ਨੇ ਇੱਥੇ ਆ ਕੇ ਹਮਲਾ ਕਰਕੇ ਆਪਣੇ ਮੂੰਹ ਤੇ ਸ਼ਾਹ ਬੋਧ ਲਈ। ਇਤਿਹਾਸਕਾਰਾਂ ਨੇ ਸਾਡੇ ਲੇਖਕਾਂ ਨੂੰ ਕਿਹਾ ਸ਼ਾਹੀ ਟਿੱਬੀ, ਜਿੱਥੇ ਇਹ ਬੈਠੇ ਸੀਗੇ ਉੱਥੇ ਗੁਰੂ ਤੇ ਵਸਾ ਕੇ ਵਾਅਦਾ ਕੀਤਾ ਕਿ ਇਸ ਕਰਕੇ ਸ਼ਾਹੀ ਟਿੱਬੀ ਯਾਨੀ ਕਾਲੀ ਟਿੱਬੀ, ਔਰ ਬੇਵਸਾਹੇ ਲੋਕਾਂ ਦੀ ਜਿਨ੍ਹਾਂ ਨੇ ਵਸਾ ਕੇ ਹਮਲਾ ਕੀਤਾ ਉਹਨਾਂ ਦੀ ਟਿੱਬੀ, ਇੱਦਾਂ ਕਹਿ ਲਓ ਕਿ ਸ਼ਾਹੀ ਟਿੱਬੀ ਕਾਲਕ ਪੋਤੀ ਇਹਨਾਂ ਨੇ ਆਪਣੇ ਮੂੰਹ ਦੇ ਉੱਤੇ, ਜਿੱਥੇ ਪਹਾੜੀਏ ਬੈਠੀ ਉਹ ਸ਼ਾਹੀ ਟਿੱਬੀ, ਸਾਡੇ ਸਿੱਖ ਇਤਿਹਾਸ ਵਰਨ ਨੇ ਉਹ ਨਾਂ ਦਿੱਤਾ, ਔਰ ਜਿੱਥੇ ਸਤਿਗੁਰੂ ਬੈਠੇ ਰਮੋਗੜ੍ਹ 'ਚ ਉਹ ਉੱਚੀ ਟਿੱਬੀ ਆਹਮੋ ਸਾਹਮਣੇ ਆਏ ਤੀਰ ਦੀ ਬੰਦੂਕ ਦੀ ਮਾਰ ਤੋਂ ਦੂਰ ਹੋ ਕੇ ਬੈਠੇ ਆਪਣੇ ਵੀ ਜਿੱਥੇ ਮਾਰ ਨਾ ਕੀਤੀ ਜਾ ਸਕੇ। ਅਤੇ ਇਹਨਾਂ ਨੇ ਕਹਿਤਾ ਵੀ ਤੁਸੀਂ ਇੱਥੇ ਬੈਠੋ, ਆਪਣੇ ਜਰਨੈਲਾਂ ਨੂੰ ਪਕਿਆਈ ਵੀ ਕਰ ਦਿੱਤੀ ਕਿ ਦੇਖੋ ਹਮਲਾ ਨਹੀਂ ਹੋਣਾ, ਕਰਨਾ ਹਮਲਾ ਕਰਾਂਗੇ ਨੁਕਸਾਨ ਹੋਏਗਾ, ਆਪਣੀ ਪਕਿਆਈ ਰੱਖਣੀ ਆ। ਉਹ ਕਹਿੰਦੇ ਉੱਧਰੋਂ ਨਿਕਲ ਕੇ ਆਉਂਦੀ ਰੋਡ ਦੇ ਵਿੱਚੋਂ ਸਾਡੇ 'ਤੇ ਹਮਲਾਵਰ ਹੁੰਦੇ ਅਤੇ ਫਿਰ ਉਹਦੇ ਮੁਕਾਬਲਾ ਕਰਨਾ ਆ, ਫਿਰ ਉਹਨਾਂ ਦਾ ਨੁਕਸਾਨ ਜ਼ਿਆਦਾ ਹੋਏਗਾ। ਇਹਨਾਂ ਨੇ ਇੱਕ ਪੈਂਤਰਾ ਜਿਹਾ ਬਣਾ ਲਿਆ ਅਤੇ ਹਮਲਾ ਕਦੋਂ ਤੱਕ ਨਹੀਂ ਕਰਨਾ, ਉਦੋਂ ਤੱਕ ਜਦ ਤੱਕ ਮੁਗਲ ਫੌਜਾਂ ਦੀ ਮਦਦ ਲਈ ਨਹੀਂ ਆ ਜਾਂਦੀ। ਉਹਨਾਂ ਕਿਹਾ ਵੀ ਬਾਦਸ਼ਾਹ ਨੇ, ਆਪਾਂ ਪਿਛਲੇ ਐਪੀਸੋਡ ਜ਼ਿਕਰ ਕੀਤਾ ਸੀ, ਕਿ ਬਾਦਸ਼ਾਹ ਨੇ ਪ੍ਰਵਾਨਗੀ ਦੇ ਦਿੱਤੀ ਆ, ਸੂਬਾ ਸਰਹੰਦ ਨੂੰ ਹੁਕਮ ਆ ਚੁੱਕਾ ਆ ਉਹ ਫੌਜਾਂ ਲੈ ਕੇ ਆਉਂਦਾ ਹੋਊਗਾ। ਅਤੇ ਜਦੋਂ ਉਹਨਾਂ ਕਿਹਾ ਆਉਂਦਾ ਹੋਊਗਾ ਅਤੇ ਰਾਜਾ ਨੇ ਭੀਮ ਚੰਦ ਨੂੰ ਅਜਮੇਰ ਚੰਦ ਨੂੰ ਸਲਾਹ ਦਿੱਤੀ ਵੀ ਆਉਂਦਾ ਹੋਊਗਾ, ਕਿਉਂ ਡਿਕਰਾ ਪਤਾ ਨਹੀਂ ਇੱਕ ਦਿਨ ਲਾਵੇ, ਪਤਾ ਨਹੀਂ ਦੋ ਦਿਨ ਲਾਵੇ, ਉਹਨੂੰ ਸੁਣਿਆ ਭੇਜੋ, ਵਕੀਲ ਭੇਜੋ ਵੀ ਬਾਦਸ਼ਾਹ ਦਾ ਤੈਨੂੰ ਹੁਕਮ ਆ ਚੁੱਕਾ ਆ ਅਤੇ ਸਰਹੰਦ ਕਿਹੜਾ ਇੱਥੋਂ ਦੂਰ ਆ, ਵੀ ਹੁਣੇ ਭੇਜੋ ਵਕੀਲ ਖੜੇ ਪੈਰ, ਕਿਤੇ ਇੱਦਾਂ ਤਾਂ ਅਸੀਂ ਨਾ ਹਮਲਾਵਰ ਹੋਈਏ, ਕਿਤੇ ਗੁਰੂ ਹਮਲਾਵਰ ਹੋ ਜਾਊਗਾ, ਜਾਂ ਇੱਦਾਂ ਹੋ ਸਕਦਾ ਹੁਣ ਤਾਂ ਨਰਮੋਹਗੜ ਖੁੱਲ੍ਹੇ ਮੈਦਾਨ 'ਚ ਬੈਠਾ, ਇੱਥੋਂ ਗੁਰੂ ਚੱਲ ਕੇ ਆਪਣੇ ਲਈ ਕੋਈ ਹੋਰ ਬੰਦੋਬਸਤ ਜ਼ਿਆਦਾ ਕਰ ਲਓ, ਫਿਰ ਘੇਰਨਾ ਔਖਾ ਹੋ ਜਾਊਗਾ। ਹੁਣ ਆਪਾਂ ਘੇਰੀ ਬੈਠੇ ਹਾਂ, ਗਾਂਹ ਜਾਣ ਨਹੀਂ ਦੇ ਰਿਹਾ, ਰੁਕ ਕੇ ਬੈਠੇ ਇੱਥੇ, ਅਤੇ ਜੇ ਫੌਜਾਂ ਆ ਜਾਣਗੀਆਂ ਤਾਂ ਆਪਾਂ ਇੱਥੇ ਕੰਮ ਤਮਾਮ ਕਰੀਏ, ਇੱਕ ਬੰਨੇ ਉਹ ਹਮਲਾਵਰ ਹੋਣ, ਇੱਕ ਬੰਨੇ ਆਪਾਂ ਹੋਈਏ, ਫੌਜਾਂ ਦੇ ਮੁਗਲ ਫੌਜਾਂ ਮੋਰੇ ਕਿੱਥੇ ਟਿਕਾਉਣਾ, ਦੋ ਫੌਜਾਂ ਰਲ ਕੇ ਹੋਈਏ, ਨਾਲੇ ਮੁਗਲ ਫੌਜਾਂ ਮੋਰੇ ਕਿੱਥੇ ਟਿਕੂਗਾ ਗੁਰੂ, ਐਡੀ ਵੱਡੀ ਫੌਜ ਆਉਣੀ ਆ, ਐਡੀ ਵੱਡੀ ਉਹਦੀ ਦਹਿਸ਼ਤ ਹੀ ਐਡੀ ਵੱਡੀ ਆ, ਅਤੇ ਸੂਬੇਦਾਰ ਨੂੰ ਕਹੋ ਵੀ ਸੂਬਾ ਸਰਹੰਦ ਨੂੰ ਕਹੋ ਵੀ ਹੁਣੇ ਆਵੇ। ਅਤੇ ਨਾਲ ਨਾਲ ਇਹਨਾਂ ਦਾ ਇਹਨਾਂ ਨੇ ਫਿਰ ਆਪਾਂ ਜ਼ਿਕਰ ਕੀਤੀ ਸੀਗੀ, ਇਹਨਾਂ ਨੇ ਵਕੀਲ ਭੇਜ ਦਿੱਤੇ ਆਪਣੇ, ਆਪਣਾ ਮੰਤਰੀ ਇੱਕ ਭੇਜਿਆ, ਵਕੀਲ ਭੇਜੇ ਨਾਲ, ਕੇਸ ਬਣਾ ਕੇ ਪੂਰਾ ਵੀ ਹੁਣ ਤੁਹਾਡਾ ਆਉਣਾ ਹੁਣ ਬਣਦਾ ਬਾਦਸ਼ਾਹ ਨੂੰ ਸੁਨੇਹਾ, ਅਤੇ ਵਕੀਲਾਂ ਦੇ ਰਾਹੀਂ ਇਹਨਾਂ ਸੁਨੇਹਾ ਭੇਜਤਾ ਸੂਬਾ ਸਰਹੰਦ ਨੂੰ ਵੀ ਅੱਗੇ ਗੁਰੂ ਬੈਠਾ ਜੀ ਕਿਲਿਆਂ 'ਚ ਆਨੰਦਪੁਰ 'ਚ, ਹੁਣ ਅਸੀਂ ਉਹਨੂੰ ਖੁੱਲ੍ਹੇ ਮੈਦਾਨ 'ਤੇ ਘੇਰਿਆ ਹੋਇਆ, ਨਾ ਪਿੱਛੇ ਮੁੜਨ ਜੋਗਾ ਅਸੀਂ ਬੈਠੇ, ਨਾ ਅੱਗੇ ਜਾਣ ਜੋਗਾ, ਅਤੇ ਇੱਥੇ ਤੁਸੀਂ ਆਓ ਹੁਣ ਅਤੇ ਘੇਰ ਲਈ ਆ, ਇੱਥੇ ਮੁਕਾਬਲਾ, ਇੱਥੇ ਮੁਕਾਬਲਾ ਕਰੀਏ, ਘੇਰੀਏ ਸਾਰੇ ਬੰਨੇ ਅਤੇ ਕੰਮ ਤਮਾਮ ਕਰੀਏ, ਆਨੰਦਪੁਰ ਵੀ ਤੁਹਾਡਾ ਭਾਵੇਂ ਸਾਰਾ ਕੁਝ ਤੁਸੀਂ ਰੱਖਿਓ, ਪਰ ਇਸ ਵਿਪਤਾ ਤੋਂ ਸਾਨੂੰ ਛਡਾਓ ਅਤੇ ਆ ਜਾਓ। ਲਾਲਚ ਦਿੱਤਾ, ਨਾਲ ਨਾਲ ਖਰਚਾ ਤਾਂ ਇਹਨਾਂ ਦੇਣਾ ਹੀ ਸੀਗਾ। ਇਹ ਦੁਨੀਆ ਭਰ ਦੇ ਰਾਜਾਂ ਦੇ ਵਿੱਚ ਇਹ ਗੱਲ ਬਣਦੀ ਆ ਕਿ ਇੱਕ ਅੱਜ ਤਾਂ ਸੰਵਿਧਾਨ ਵੀ ਇਸ ਗੱਲ ਦਾ ਬਣ ਗਿਆ ਕਿ ਜੇ ਕਿਸੇ ਰਾਜ ਦਾ ਕੋਈ ਸੂਬਾ ਆਪਣੇ ਸੂਬੇ ਦੇ ਵਿੱਚ ਅਮਨ ਸ਼ਾਂਤੀ ਕਾਇਮ ਕਰਨ ਦੇ ਲਈ ਫੌਜ ਸੱਦੇਗਾ ਰਾਜ ਦੇ ਕੋਲ, ਰਾਜ ਦੇ ਕੋਲੋਂ ਜਿਹਨਾਂ ਨੂੰ ਲਗਾਉਣ ਦਿੰਦਾ ਉਹ, ਜਾਂ ਜਿਹਨੂੰ ਟੈਕਸ ਦਿੰਦਾ ਉਹ, ਅਤੇ ਜਿਹੜਾ ਫੌਜਾਂ ਸੱਦਣ ਦਾ ਖਰਚਾ ਆ, ਇੱਕ ਤਾਂ ਸੱਦਿਆਂ ਫੌਜ ਆਊਗੀ, ਜਿਹੜਾ ਫੌਜਾਂ ਸੱਦਣ ਦਾ ਖਰਚਾ ਆ ਉਸ ਰਾਜ ਦੇ ਸੂਬੇ ਦੇ ਸਿਰ 'ਤੇ ਪਾਇਆ ਜਾਊਗਾ, ਸੱਦ ਰਿਹਾ ਹੈਗਾ। ਔਰ ਬੇਸ਼ੱਕ ਕਈ ਵਾਰੀ ਬਾਦਸ਼ਾਹ ਰਾਜੇ ਜਾਂ ਸਰਕਾਰਾਂ ਆਪ ਇਹੋ ਜਿਹਾ ਮਾਹੌਲ ਕ੍ਰੀਏਟ ਕਰਦੀਆਂ ਕਿ ਉਹਨਾਂ ਨੂੰ ਫੌਜ ਸੱਦਣੀ ਪਵੇ, ਜਿਹਦਾ ਪੰਜਾਬ ਨਾਲ ਹੋਇਆ ਸੀ, 1984 ਵਿੱਚ ਪੰਜਾਬ ਨਾਲ ਕੀ ਹੋਇਆ ਸੀ, 84 ਦੇ ਵਿੱਚ ਸੈਂਟਰ ਨੇ ਆਪ ਮਾਹੌਲ ਕ੍ਰੀਏਟ ਕੀਤਾ, ਉਦੋਂ ਦੀ ਕਾਂਗਰਸ ਸਰਕਾਰ ਨੇ, ਇੰਦਰਾ ਗਾਂਧੀ ਪ੍ਰਾਈਮ ਮਿਨਿਸਟਰ ਸੀ, ਉਹਨਾਂ ਨੇ ਆਪ ਮਾਹੌਲ ਕ੍ਰੀਏਟ ਕੀਤਾ ਪੰਜਾਬ ਦੀ ਫੌਜ ਸੱਦੀ ਜਾਵੇ, ਪਰ ਪੰਜਾਬ ਦੇ ਗਵਰਨਰ ਅਤੇ ਚੀਫ ਮਿਨਿਸਟਰਾਂ ਤੋਂ ਲਿਖਾਇਆ ਗਿਆ ਕਿ ਤੁਸੀਂ ਫੌਜਾਂ ਭੇਜੋ ਵੀ ਸਾਡੇ ਤੋਂ ਨਹੀਂ ਸਾਂਭਿਆ ਜਾਂਦਾ, ਅਤੇ ਫਿਰ ਕਿਉਂਕਿ ਲਿਖਾਇਆ ਗਿਆ ਸੀ ਉਹਦਾ ਸਾਰਾ, ਜਿਹੜੀ ਫੌਜ ਆਈ ਉਹਦਾ ਸਾਰਾ ਖਰਚਾ, ਜੰਗ ਦਾ ਖਰਚਾ, ਨੁਕਸਾਨ ਏ ਟੂ ਜ਼ੈਡ ਤੱਕ ਜਿਹੜਾ ਸਾਰਾ ਉਹ ਪੰਜਾਬ ਦੇ ਸਿਰ 'ਤੇ ਪਾ ਦਿੱਤਾ ਗਿਆ, ਅਤੇ ਪੰਜਾਬ ਉਦੋਂ ਦਾ ਕਰਜਾਈ ਹੋਇਆ, ਉਦੋਂ ਦਾ ਐਸਾ ਕਰਜਾਈ ਹੋਇਆ ਉਹ ਪੰਜਾਬ ਜਿਹੜਾ ਸਭ ਨਾਲੋਂ ਖੁਸ਼ਹਾਲ ਸੂਬਾ ਹੁੰਦਾ ਸੀਗਾ, ਜਿੱਥੇ ਜਿਹੜਾ ਦੂਜਿਆਂ ਸੂਬਿਆਂ ਨੂੰ ਦਿੰਦਾ ਸੀ, ਪਰ ਉਸ ਸਮੇਂ ਤੋਂ ਐਸਾ ਕਰਜਾਈ ਕੀਤਾ ਕਿ ਪੰਜਾਬ ਅੱਜ ਤੱਕ ਨਹੀਂ ਉੱਠ ਸਕਿਆ, ਕਰਜ਼ੇ ਦੀਆਂ ਕਿਸ਼ਤਾਂ ਹੀ ਮੁੜੀ ਜਾਂਦਾ, ਉਹ ਵਿਆਜ ਦੀਆਂ ਕਿਸ਼ਤਾਂ ਹੀ ਮੁੜੀ ਜਾਂਦਾ, ਕਰਜ਼ਾ ਕਦੀ ਇੱਕ ਸਰਕਾਰ ਆ ਕੇ ਮਾਫ਼ ਕਰਦੀ, ਕਦੀ ਦੂਜੀ ਸਰਕਾਰ ਆ ਕੇ ਮਾਫ਼ ਕਰਦੀ ਆ, ਪਰ ਕਰਜ਼ੇ ਦੀਆਂ ਕਿਸ਼ਤਾਂ ਮਾਫ਼ ਨਹੀਂ ਹੁੰਦੀਆਂ, ਅੱਜ ਵੀ ਚੱਲੀ ਜਾਂਦੀਆਂ। ਇਹ ਵਤੀਰਾ ਅੱਜ ਦਾ ਨਹੀਂ, ਅੱਜ ਵੀ ਇਹ ਵਤੀਰਾ, ਪਰ ਉਦੋਂ ਵੀ ਇਹ ਵਤੀਰਾ ਹੁੰਦਾ ਸੀ, ਬਿਲਕੁਲ, ਬਾਦਸ਼ਾਹ ਦੇ ਬਾਦਸ਼ਾਹ ਜਦੋਂ ਹੁੰਦੇ ਸੀ ਤਾਨਾਸ਼ਾਹ, ਉਦੋਂ ਵੀ ਇਹ ਵਤੀਰਾ ਹੁੰਦਾ ਸੀਗਾ। ਸੋ ਉਹਨਾਂ ਨੇ ਪਤਾ ਸੀ ਖਰਚਾ, ਉਹਦਾ ਸਿਸਟਮ ਡਿਫਰੈਂਟ ਸੀ, ਹੁਣ ਥੋੜਾ ਸਿਸਟਮ ਡਿਫਰੈਂਟ ਸਿਸਟ ਉੱਤੇ ਬਾਦਸ਼ਾਹ ਬੈਠਾ ਸੀ। ਗੱਲ ਮੈਂ ਕਹਿੰਦਾ ਵੀ ਸਰਕਾਰਾਂ ਕੋਈ ਵੀ ਹੁਣ ਜਦੋਂ ਉਹ ਵੈਲਫੇਅਰ ਨਹੀਂ ਕਰਦੀਆਂ, ਉਹਨਾਂ ਦੀ ਬਿਰਤੀ ਲੁਟੇਰੀ ਹੋ ਗਈ ਆ, ਉਹ ਬੇਸ਼ੱਕ ਲੋਕਤੰਤਰ ਹੋਵੇ ਅਤੇ ਬੇਸ਼ੱਕ ਤਾਨਾਸ਼ਾਹ ਤੰਤਰ ਹੋਵੇ, ਬਾਦਸ਼ਾਹੀ ਤੰਤਰ ਹੋਵੇ, ਇੱਕੋ ਜਿਹੀਆਂ ਹੁੰਦੀਆਂ, ਬੇਸ਼ੱਕ ਉਹ ਵਿਦੇਸ਼ੀ ਹੋਣ ਅਤੇ ਬੇਸ਼ੱਕ ਆਪਣੀਆਂ ਹੋਣ, ਜੇ ਨੀਤਾਂ ਹੀ ਨਹੀਂ ਸਾਫ਼
ਤੇ ਲੁੱਟ ਤਾਂ ਮਚਾਉਣੀ ਮਚਾਉਣੀ ਆ, ਕਦੀ ਉੱਥੇ ਬੈਠ ਕੇ ਵਿਦੇਸ਼ੀ ਹਾਕਮ ਲੁੱਟ ਕੇ ਆਪਣੇ ਦੇਸ਼ਾਂ 'ਚ ਭਰ ਕੇ ਲਿਆਉਂਦੇ ਸੀਗੇ, ਅਤੇ ਕਦੀ ਉੱਥੇ ਬੈਠ ਕੇ ਦੇਸੀ ਹਾਕਮ ਲੁੱਟ ਕੇ ਲੋਕਾਂ ਨੂੰ ਆਪਣਾ ਪੈਸਾ ਸਵਿਟਜ਼ਰਲੈਂਡ ਦੇ ਬੈਂਕਾਂ 'ਚ ਭਰੀ ਜਾਂਦੇ। ਸੋ ਬੜਾ ਫਰਕ ਨਹੀਂ ਪੈਂਦਾ ਹੈਗਾ, ਸਿਰਫ ਫਰਕ ਪੈਂਦਾ ਨੀਤਾਂ ਦਾ। ਜੇ ਨੀਤ ਚੰਗੀ ਹੋਵੇ ਤਾਂ ਫਿਰ ਸਾਰਾ ਕੁਛ ਚੰਗਾ ਹੁੰਦਾ। ਖੈਰ ਆਪਾਂ ਇਤਿਹਾਸ 'ਤੇ ਰਹੀਏ, ਕਾਹਨੂੰ ਐਵੇਂ ਜੋੜਨ ਦੀ ਗੱਲ ਕੀਤੀ। ਇਧਰੋਂ ਜਦੋਂ ਫੌਜਾਂ ਜੁੜੀਆਂ ਤੇ ਉਹਨੇ ਤੋਪਖਾਨਾ ਪਹਿਲਾਂ ਭੇਜ ਦਿੱਤਾ, ਉਧਰੋਂ ਫੌਜਾਂ ਜੋੜ ਲਿਆ ਕਿ ਤੋਪਖਾਨਾ ਲਾਓ ਤੁਸੀਂ, ਤੁਹਾਡੇ ਤੇ ਹਮਲਾਵਰ ਹੋਵੇ, ਗੁਰੂ ਨੂੰ ਕਹਿੰਦੇ ਗਾਂਹ ਜਹਾਨ ਨਾ ਦਿਓ ਤੋਪਾਂ। ਉਹਦੇ ਤੋਪਖਾਨਾ ਜਿਹੜਾ ਅਗਾਊ ਹਰਾਵਲ ਦਸਤੇ ਵਿੱਚ ਤੋਪਖਾਨਾ ਪਹੁੰਚਿਆ ਸੀਗਾ, ਉਹ ਤੋਪਖਾਨੇ ਦੇ ਇੰਚਾਰਜ ਦੋ ਭਰਾ ਸੀਗੇ, ਇੱਕ ਰੁਸਤਮ ਖਾਂ ਇੱਕ ਨਾਸਰ ਖਾਂ। ਅਤੇ ਸੂਬੇ ਸਰਹੰਦ ਦੇ ਮੁਗਲ ਸਾਮਰਾਜ ਦੇ ਵਿੱਚ ਉਹ ਸਭ ਤੋਂ ਵੱਡੇ ਨਿਸ਼ਾਨਚੀ ਤੋਪਚੀ ਸਮਝ ਜਾਂਦੇ ਸੀ, ਕਿ ਜਿਹਨਾਂ ਦੇ ਰੁਸਤਮ ਖਾਂ ਅਤੇ ਨਾਸਰ ਖਾਂ, ਕਿ ਜਿਹਨਾਂ ਦੇ ਨਿਸ਼ਾਨੇ ਕਦੀ ਉੱਕਦੇ ਹੀ ਨਹੀਂ। ਜਦੋਂ ਇਹਨਾਂ ਦਾ ਵਫਦ ਵਾਪਸ ਆਇਆ, ਨਾਲ ਹੀ ਉਹ ਤੋਪਖਾਨਾ ਲੈ ਕੇ ਅਗਾਊ ਤੌਰ ਦੇ ਉੱਤੇ, ਅਤੇ ਉਹ ਰੁਸਤਮ ਖਾਂ ਅਤੇ ਨਾਸਰ ਖਾਂ ਦੋਨੇ ਜਿਹਨੇ ਇਹਨਾਂ ਦੇ ਨਾਲ ਆ ਗਿਆ, ਉਹਨਾਂ ਦਾ ਅਮਲਾ ਫੈਲਾ ਆ ਗਿਆ, ਤੋਪਖਾਨੇ ਦੀ ਰਾਖੀ ਦੇ ਲਈ ਤੋਪਾਂ ਆ ਗਈਆਂ, ਗੋਲੇ ਆ ਗਏ ਅਗਾਊ ਦੇ, ਬਾਕੀ ਫੌਜਾਂ ਨੂੰ ਤਿਆਰ ਕਰਨ ਦਾ। ਜਿੱਦਾਂ ਉਦੋਂ ਦੇ ਸੂਬਿਆਂ ਕੋਲ ਉਹਦੇ ਕਾਂ ਜਗੀਰਦਾਰ ਹੁੰਦੇ ਸੀ, ਜਗੀਰਦਾਰ ਕਿਸੇ ਕੋਲ 50 ਘੋੜ ਸਵਾਰ, ਕਿਸੇ ਕੋਲ 100 ਘੋੜ ਸਵਾਰ, ਕਿਸੇ ਕੋਲ 20 ਘੋੜ ਸਵਾਰ, ਕਿਸੇ ਕੋਲ 500 ਘੋੜ ਸਵਾਰ, ਇੱਦਾਂ ਹੁੰਦੇ ਸੀ ਗਾਂ ਦਿੱਤੇ ਹੋਏ। ਇਹ ਜਗੀਰਦਾਰਾਂ ਨੇ ਪ੍ਰਬੰਧ ਕਰਨਾ ਹੁੰਦਾ ਸੀ, ਅਤੇ ਜਦੋਂ ਲੋੜ ਪੈਂਦੀ ਸੀ ਸੂਬਾ ਉਹਨਾਂ ਜਗੀਰਦਾਰਾਂ ਨੂੰ ਸੱਦਾ ਹੁੰਦਾ ਸੀ ਕਿ ਤੁਸੀਂ ਵੱਖ ਵੱਖ ਜਗੀਰਦਾਰ ਪ੍ਰਬੰਧ ਕਰਦੇ ਹੋ, ਤੁਸੀਂ ਤੁਹਾਨੂੰ 100 ਘੋੜ ਸਵਾਰ ਤੁਸੀਂ ਜੰਗ ਵੇਲੇ ਲੈ ਕੇ ਆਉਣਾ, ਤੁਸੀਂ 200 ਲੈ ਕੇ ਆਉਣਾ, ਆਪਣੇ ਆਪਣੇ ਇਲਾਕੇ ਦਾ ਕਰ ਵੀ ਕਰਾਉਂਦੇ ਸੀ। ਉਹਦੇ ਕਰ 'ਚੋਂ ਬਹੁਤ ਹਿੱਸਾ ਆਪ ਰੱਖਦੇ ਸੀ, ਅੱਧਾ ਪਜੱਦਾ, ਅੱਧਾ ਪਜੱਦਾ ਹਿੱਸਾ ਸੂਬੇ ਨੂੰ ਦਿੰਦੇ ਸੀ ਪ੍ਰਬੰਧ ਚਲਾਉਣ ਲਈ, ਪਰ ਉਹਨਾਂ ਦੇ ਅੱਧਾ ਜਿਹੜਾ ਹਿੱਸਾ ਰੱਖਣਾ ਹੁੰਦਾ ਸੀਗਾ, ਕਰ ਇਕੱਠਾ ਕਰਨਾ ਸੀ, ਉਹਦੇ ਲਈ ਉਹਨਾਂ ਕੋਲ ਤਾਕਤ ਚਾਹੀਦੀ ਹੁੰਦੀ ਸੀ। ਕਿਸੇ ਕੋਲ ਜਿੱਡੀ ਜਿੱਡੀ ਜਗੀਰ ਵੱਡੀ ਹੈ, ਕਿਸੇ ਕੋਲ 50 ਘੋੜ ਸਵਾਰ, ਕਿਸੇ ਕੋਲ 100 ਘੋੜ ਸਵਾਰ, ਕਿਸੇ ਕੋਲ 200 ਘੋੜ ਸਵਾਰ, ਕਿਸੇ ਕੋਲ 500 ਘੋੜ ਸਵਾਰ, ਅਤੇ ਗਾਂ ਇੱਦਾਂ ਵੀ ਕੋਈ 1000 ਹੀ ਆ, ਕੋਈ 2000 ਹੀ ਆ, ਕੋਈ 5000 ਹੀ ਆ, ਇੱਦਾਂ ਵੀ ਹੁੰਦੇ ਸੀ, ਕੋਈ ਸੂਬਾ ਇੱਦਾਂ ਹੁੰਦੇ ਸੀ। ਅਤੇ ਸੂਬੇ ਕੋਲ ਆਪਣੀਆਂ ਫੌਜਾਂ ਹੁੰਦੀਆਂ ਸੀ, ਪਰ ਉਹਨੇ ਬਾਕੀ ਜਗੀਰਦਾਰਾਂ ਦੇ ਫੌਜਾਂ ਸਾਰੀਆਂ ਇਕੱਠੀਆਂ ਕਰਨੀਆਂ, ਅਤੇ ਉਹਨੇ ਕਿਹਾ ਵੀ ਮੈਂ ਫੌਜਾਂ ਇਕੱਠੀਆਂ ਕਰਦਾ, ਮੈਂ ਵੀ ਆਊਂਗਾ ਵੱਡੀ ਫੌਜ ਜੋੜ ਕੇ ਆਊਂਗਾ, ਪਰ ਤੋਪਖਾਨਾ ਜਿਹੜਾ ਆ ਸਰਹੰਦ ਦਾ ਤੋਪਖਾਨਾ ਮੰਨਿਆ ਹੋਇਆ ਸੀ। ਸੂਬਾ ਸਰਹੰਦ ਦਾ ਜਿਹੜਾ ਤੋਪਖਾਨਾ ਸੀ ਹਿੰਦੁਸਤਾਨ ਦੇ ਬਾਕੀ ਸਾਰੇ ਸੂਬਿਆਂ ਨਾਲੋਂ ਵਧੀਆ ਗਿਣਿਆ ਜਾਂਦਾ ਸੀ, ਵੱਡਾ ਗਿਣਿਆ ਜਾਂਦਾ ਸੀ, ਅਤੇ ਰੁਸਤਮ ਖਾਂ ਅਤੇ ਨਾਸਰ ਖਾਂ ਦੋਨੇ ਨੇ ਭੇਜ ਦਿੱਤੇਗਾ ਪਹਿਲਾਂ। ਇਹ ਪਹੁੰਚੇ, ਇਹ ਜਾ ਕੇ ਸ਼ਾਹੀ ਟੀਬੀ ਦੇ ਉੱਤੇ ਇਹਨਾਂ ਨੇ ਤੋਪ ਫਿੱਟ ਕੀਤੀ ਜਿੱਥੇ ਕਰਦੇ ਹੁੰਦੇ ਆ, ਇਹਨੇ ਤੋਪ ਫਿੱਟ ਕਰਕੇ ਅਤੇ ਤੋਪ ਦੇ ਵਿੱਚੋਂ ਜਦੋਂ ਗੁਰੂ ਸਾਹਿਬ ਵੱਲੇ ਦੇਖਿਆ ਵੀ ਨਰਮੋ ਦਾ ਇੱਥੇ ਕੋਈ ਤੋਪ ਫਿੱਟ ਕੀਤਾ, ਇੱਥੇ ਕੋਈ ਗੋਲਾ ਜਾ ਕੇ ਇੱਥੇ ਵੱਜੂਗਾ, ਵੀ ਮੈਦਾਨ ਸਾਰਾ ਗੋਲਿਆਂ 'ਚ ਲਾਇਆ ਜਾ ਸਕਦਾ। ਅਤੇ ਜਦੋਂ ਦੇਖਦੇ ਆ, ਅਸੀਂ ਸਵੇਰੇ ਚੈੱਕ ਕਰ ਰਹੇ ਸੀ ਸਾਰਾ ਕੁਛ, ਰੁਸਤਮ ਖਾਂ ਨਾਸਰ ਖਾਂ ਦੋਨੇ ਜਣੇ ਤੋਪਖਾਨਾ ਫਿੱਟ ਕਰ ਰਿਹਾ ਸੀ, ਫਿੱਟ ਕੀਤਾ ਨਾ ਤੋਪਖਾਨਾ ਫਿੱਟ ਕਰਕੇ ਉਹਦੀ ਚੈਕਿੰਗ ਕਰ ਰਿਹਾ ਸੀ, ਉਹਦੀ ਦੂਰੀ ਕਿੱਥੇ ਡਿੱਗੂਗੀ, ਗੋਲਾ ਕਿੱਥੇ ਡਿੱਗੂਗਾ, ਕਿੱਥੇ ਮਾਰ ਪਊਗੀ, ਕਿੱਥੇ ਕਿੱਦਾਂ ਕੀਤਾ ਜਾ ਸਕਦਾ, ਸਾਰੀ ਜਿੱਦਾਂ ਜੰਗ ਦੀ ਵਿਉਂਤਬੰਦੀ ਹੋ ਰਹੀ ਸੀਗੀ। ਅਤੇ ਉਦੋਂ ਸਤਿਗੁਰੂ ਸਵੇਰ ਦੇ ਵੇਲੇ ਉਹਨਾਂ ਨੇ ਪਹਿਲਾਂ ਤਾਂ ਆਸਾ ਦੀ ਵਾਰ ਦਾ ਸਵੇਰ ਦੇ ਅੰਮ੍ਰਿਤ ਵੇਲੇ ਉੱਠੇ, ਆਸਾ ਦੀ ਵਾਰ ਦਾ ਕੀਰਤਨ ਸੁਣਿਆ, ਦੀਵਾਨ ਲਗਾਇਆ, ਅਤੇ ਕੇਸੀ ਇਸ਼ਨਾਨ ਕੀਤਾ ਹੋਇਆ ਸੀਗਾ, ਸਵੇਰੇ ਉੱਦਾਂ ਹੀ ਕੇਸ ਇਕੱਠੇ ਕਰ ਲਿਆ। ਅਤੇ ਹੁਣ ਬਿਲਕੁਲ ਇਸ ਉੱਚੀ ਟਿੱਬੀ 'ਤੇ ਆ ਕੇ ਸਤਿਗੁਰੂ ਬੈਠ ਗਿਆ ਆਪ, ਕਿ ਉਹ ਸ਼ਾਹੀ ਟਿੱਬੀ ਦੋ ਜਾਇਜ਼ਾ ਲੈ ਰਿਹਾ, ਅਤੇ ਸਤਿਗੁਰੂ ਉੱਚੀ ਟਿੱਬੀ 'ਤੇ ਬੈਠ ਕੇ ਸਾਰੇ ਜੰਗ ਦਾ ਜਾਇਜ਼ਾ ਲੈਣ ਲੱਗੇ ਕਿ ਕਿੱਥੇ ਕੁ ਆ ਕੇ ਉਹਨਾਂ ਦੀਆਂ ਜਿਹੜੀਆਂ ਛੂਆਂ ਮਿਲੀਆਂ, ਕਿੱਥੇ ਕੋਈ ਤੋਪਖਾਨਾ ਕੱਢਿਆ ਜਾ ਰਿਹਾ, ਕਿੱਥੇ ਕੁ ਜਾ ਕੇ ਇਹਨਾਂ ਦੀ ਫੌਜਾਂ ਕਦੋਂ ਆਉਣੀਆਂ, ਕਿੱਧਰਲੇ ਕਿੱਧਰਲੇ ਬੰਨਿਓਂ ਹਮਲਾ ਹੋ ਸਕਦਾ, ਕਿਹੜੀ ਬਾਹੀ ਸਾਡੀ ਕਮਜ਼ੋਰ ਹੋ ਸਕਦੀ ਆ, ਕਿੱਧਰਲੇ ਬੰਨਿਓਂ ਅਸੀਂ ਹਮਲਾਵਰ ਹੋ ਸਕਦੇ ਹਾਂ, ਅਸੀਂ ਕਿੱਧਰਲੇ ਬੰਨੇ ਇੱਥੇ ਹਮਲਾ ਹੋਵੇ ਅਤੇ ਅਸੀਂ ਇੱਥੋਂ ਕਿੱਧਰਲੇ ਬੰਨੇ ਤੁਰ ਸਕਦੇ ਹਾਂ, ਕਿੱਧਰਲੇ ਬੰਨੇ ਨਿਕਲ ਸਕਦੇ ਹਾਂ। ਉੱਚੀ ਟਿੱਬੀ 'ਤੇ ਬੈਠ ਕੇ ਸਤਿਗੁਰ ਨੇ ਆਪ ਮੈਦਾਨੇ ਜੰਗ ਦਾ ਜਿੱਦਾਂ ਸੈਨਾਪਤੀ ਜਾਇਜ਼ਾ ਲੈ ਕੇ ਹੁੰਦੇ ਆ, ਉਹਦਾ ਜਾਇਜ਼ਾ ਲੈਣਾ ਸ਼ੁਰੂ ਕਰਤਾ। ਨਾਲ ਉਹਨਾਂ ਦਾ ਜਿਹੜਾ ਚੌਰਬਰਦਾਰ ਵੀ ਆ, ਜਿਹੜਾ ਚੌਰਬਰਦਾਰ ਇਸ ਵੇਲੇ ਹੈਗਾ ਉਹ ਸ਼ਹੀਦ ਭਾਈ ਰਾਮ ਸਿੰਘ ਕਸ਼ਮੀਰੀ ਆ। ਠੀਕ ਹੈ, ਸਤਿਗੁਰ ਜਦੋਂ ਜਾਇਜ਼ਾ ਲੈ ਰਹੇ ਆ ਨਾ, ਅਤੇ ਇਸ ਰੁਸਤਮ ਖਾਂ ਨੇ ਦੇਖਿਆ, ਉਹਨੇ ਤੋਪ ਦੇ ਵਿੱਚੋਂ ਜਦੋਂ ਦੇਖਿਆ, ਅਜਮੇਰ ਚੰਦ ਨੂੰ ਕਹਿੰਦਾ ਵੀ ਤੁਸੀਂ ਜੇ ਗੁਰੂ ਸਾਹਿਬ ਨੂੰ ਮਾਰ ਦਿਆਂ ਮੈਂ ਤਾਂ ਫਿਰ ਤੁਹਾਨੂੰ ਜੰਗ ਨਾਲ ਲੜਨ ਦੀ ਲੋੜ ਪਊ। ਕਹਿੰਦਾ ਨਹੀਂ, ਗੁਰੂ ਸਾਹਿਬ ਤੋਂ ਬਾਅਦ ਕੋਈ ਲੜਨ ਜੋਗਾ ਹੈ ਹੀ ਨਹੀਂ। ਜੇ ਗੁਰੂ ਸਾਹਿਬ ਨਹੀਂ ਤਾਂ ਫਿਰ ਕੋਈ ਨਹੀਂ, ਕੋਈ ਨਹੀਂ। ਹਾਂਜੀ, ਉਹ ਕਹਿੰਦਾ ਇਹ ਤਾਂ ਫਿਰ ਮੇਰੀ ਇੱਕ ਗੋਲੀ ਦੀ ਮਾਰਿਆ। ਹਾਂਜੀ, ਉਹ ਉੱਚੀ ਟੀਵੀ 'ਤੇ ਗੁਰੂ ਸਾਹਿਬ ਬੈਠਿਆ, ਮੇਰੇ ਕੋਲ ਤੋਪ ਦੀ ਜਿਹੜੀ ਮਾਰ ਆ, ਗੁਰੂ ਸਾਹਿਬ ਨੂੰ ਸ਼ਾਇਦ ਇਸ ਗੱਲ ਦਾ ਪਤਾ ਨਹੀਂ, ਮੇਰੀ ਤੋਪ ਦੀ ਮਾਰ ਇੱਥੋਂ ਸ਼ਾਹੀ ਟਿੱਬੀ ਤੋਂ ਉਸ ਉੱਚੀ ਟਿੱਬੀ ਤੱਕ ਹੈਗੀ ਆ। ਹਾਂਜੀ,
ਮੈਂ ਤੂੰ ਇੱਦਾਂ ਸੈੱਟ ਕੀਤੀ ਉਸ ਉੱਥੇ ਮਾਰ ਪੈਂਦੀ ਆ ਤੇ ਮੇਰੇ ਕੋਲ ਗੋਲੇ ਇੱਡੇ ਵੱਡੇ ਵੱਡੇ ਕਿ ਮੈਂ ਇੱਦਾਂ ਦਾ ਗੋਲਾ ਹੈ ਕਿੱਥੋਂ ਛੱਡਦਾ ਹਾਂ ਸ਼ਾਹੀ ਟਿੱਬੀ ਤੋਂ ਸਿੱਧਾ ਜਾ ਕੇ ਮੇਰਾ ਨਿਸ਼ਾਨਾ ਕਦੀ ਕਹਿੰਦੀ ਗੁਰੂ ਸਾਹਿਬ ਦੇ ਲੱਗੂਗਾ ਤੇ ਇਕੱਲਾ ਗੁਰੂ ਸਾਹਿਬ ਹੀ ਨਹੀਂ ਉਹਦੇ ਆਲੇ ਦੁਆਲੇ ਖੜੇ ਸਿੰਘ ਵੀ ਜਿੰਨੇ ਹੋਣਗੇ ਤੇ ਉੱਚੀ ਟਿੱਬੀ ਵੀ ਇੰਨੀ ਕੋਈ ਗਰਦ ਉੱਡੂਗੀ ਕਿ ਉਹ ਅੱਜ ਹਮਲਾ ਕਰਨ ਜੋਗੇ ਵੀ ਨਹੀਂ ਰਹਿਣਗੇ ਕੁਛ ਤੇ ਤੁਹਾਨੂੰ ਹੋਸ਼ ਹੀ ਨਹੀਂ ਆਉਣੇ ਜਿਹੜੇ ਆਲੇ ਦੁਆਲੇ ਹੋਣਗੇ ਤੇ ਮੈਂ ਇੱਥੇ ਮਾਰ ਸਕਦਾ ਭਾਜੀ ਮੇਰੇ ਚਾਹੁੰਦੇ ਬਾਸਾਂ ਖੜੀਆਂ ਲੈ ਵੀ ਜੰਗ ਲੜਨ ਤੋਂ ਬਣਾਏ ਗਲਤ ਬਣ ਗਈ ਐਵੇਂ ਨਹੀਂ ਮੁਗਲ ਫੌਜ ਹੀ ਨਹੀਂ ਬਣਾਉਂਦੀ ਸਾਡੇ ਤੋਂ ਇਹਨਾਂ ਕੋਲ ਗੱਲ ਹੈ ਉਹ ਕਹਿੰਦਾ ਵੀ ਜੇ ਤੂੰ ਮਾਰੇਗਾ ਨਾ ਤੇ ਮੈਂ ਤੈਨੂੰ ਦੋ 1000 ਨਹੀਂ 2000 ਨਹੀਂ 3000 ਤੈਨੂੰ 5000 ਮੋਹਰਾਂ ਨਾਮ ਦਿਆਂਗਾ ਜੇ ਤੂੰ ਗੁਰੂ ਗੋਬਿੰਦ ਸਿੰਘ ਨੂੰ ਮਾਰਦੇ ਹੈਗੇ ਜਿਹੜਾ ਇੱਥੇ ਤੇ ਮੈਂ ਤੇਰਾ ਕਤਲ ਕਰ ਦੇਵਾਂ ਜੀ ਤੋਪ ਦਾ ਗੋਲਾ ਛੱਡ ਕੇ ਤੇ ਮੈਂ ਤੈਨੂੰ 5000 ਅਸੀਂ ਗੁਰੂ ਸਾਹਿਬ ਨੂੰ ਸਤਿਕਾਰ ਨਾਲ ਸ਼ਬਦ ਬੋਲਣਾ ਉਹਨਾਂ ਤੋਂ ਪਰ ਉਹਨਾਂ ਜੀ ਹਾਂਜੀ ਉਹਨਾਂ ਨੇ ਆਪਣੇ ਲਈ ਜਿਹੜਾ ਕਰਨੀ ਹੈ ਆਪਣੀ ਗੱਲ ਕਰਨੀ ਹੈ ਜੀ ਵੀ ਮੈਂ ਤੈਨੂੰ 5000 ਨਾਮ ਦਿਆਂਗਾ ਉਹ ਕਹਿੰਦਾ ਵੀ ਮੈਂ ਤਾਂ ਚਲੋ ਕੰਮ ਕਰਨਾ ਆ ਸੂਬੇ ਲੋ ਕਰਨਾ ਪਰ ਤੂੰ 5000 ਨਾਮ ਉਹਦੀਆਂ ਵੀ ਦੋਵਾਂ ਭਰਾਵਾਂ ਕਹਿੰਦੇ ਸੀ ਦੋ ਭਰਾ ਆ ਮੈਂ ਤਾਂ ਡਿਊਟੀ ਤੇ ਆ ਡਿਊਟੀ ਤੇ ਮੈਂ 5000 ਨਾਮ ਤੁਸੀਂ ਪਰ ਤੁਹਾਡਾ ਨਾਮ ਤਾਂ ਕਿੰਨੇ ਤੁਹਾਡੇ ਫੌਜ ਨੇ ਆਉਣਾ ਕਿੰਨਾ ਖਰਚਾ ਤੁਹਾਡਾ ਬਚਣਾ ਖਰਚਾ ਤੁਹਾਡਾ ਬਹੁਤ ਜ਼ਿਆਦਾ ਬਚਣਾ ਆ ਫੌਜਾਂ ਦੀ ਲੋੜ ਹੀ ਨਹੀਂ ਪੈਣੀ ਲੜਾਈ ਦੀ ਲੋੜ ਨਹੀਂ ਪੈਣੀ ਤੁਹਾਡਾ ਸਾਰਾ ਕੋਈ ਲੜਨਾ ਵੀ ਨਹੀਂ ਪੈਣਾ ਤੁਹਾਡਾ ਬੱਚ ਤੁਹਾਡੀ ਜਾਜ ਹੀ ਹੋਣੀ ਤੁਸੀਂ 5000 ਰੁਪਇਆ ਰੱਖਿਆ ਵੀ ਚਾਹੀਦਾ ਸੀ ਕੋਈ ਵੱਡੀ ਛਾਲ ਮਾਰਦਾ ਤੂੰ ਵੀ ਕੋਈ 5 ਲੱਖ ਦੇ ਨੇੜੇ ਤੇਰੇ ਮੋਹਰਾ ਕਹਿੰਦਾ ਕਿ ਉਹ ਖਰਚੇ ਤੁਹਾਡੇ ਪੈਣੇ ਆ ਜਦੋਂ ਫੌਜਾਂ ਚੜ੍ਹ ਕੇ ਆਉਣੀਆਂ ਉਹਨੂੰ ਮਖੌਲ ਨਾਲ ਕਿਹਾ ਉਹ ਕਹਿੰਦਾ ਨਹੀਂ ਇੱਕ ਪਿੰਡ ਵੀ ਤੇਰਾ ਠੀਕ ਹੈ ਇੱਕ ਪਿੰਡ ਦਾ ਮਾਲੀਆ ਇੱਕ ਪਿੰਡ ਦੀ ਜਗੀਰ ਸਾਰੀ ਮੇਰੀ ਰਾਜ ਦੇ ਵਿੱਚ ਤੇਰੀ ਹੋਊਗੀ ਉਹਦਾ ਜਿੰਨਾ ਮਾਲੀਆ ਆਊਗਾ ਤੂੰ ਉੱਥੇ ਆਵੇਂ ਨਾ ਆਵੇਂ ਉਹ ਤੇਰੇ ਨਾਂ ਤੇ ਸਾਰੀ ਉਮਰ ਤੈਨੂੰ ਲੱਗੂਗਾ ਔਰ ਤੇਰੇ ਤੋਂ ਬਾਅਦ ਤੇਰੇ ਪੁੱਤਰਾਂ ਧੀਆਂ ਦੀਆਂ ਰੋਟੀਆਂ ਵੀ ਸਾਰੀ ਉਮਰ ਦੀਆਂ ਉੱਥੋਂ ਚੱਲਣਗੀਆਂ ਉਹ ਪਿੰਡ ਤੇਰੇ ਖਾਨਦਾਨੀ ਤੌਰ ਤੇ ਤੇਰੇ ਨਾਂ ਦੇ ਉੱਤੇ ਕਰ ਦਿੱਤਾ ਜਾਊਗਾ ਲਿਖ ਦਿੱਤਾ ਜਾਊਗਾ ਤੂੰ ਗੁਰੂ ਗੋਬਿੰਦ ਸਿੰਘ ਨੂੰ ਮਾਰ ਕੇ ਦਿਖਾ ਠੀਕ ਹੈ ਅੱਛਾ ਇਹ ਗੱਲ ਬਾਕੀ ਰਾਜੀ ਵੀ ਸੁਣਦਾ ਆ ਘਮੰਡ ਚੰਦ ਹੋਣੀ ਬਾਕੀ ਸਾਰੇ ਸੁਣਦਾ ਉਹ ਆ ਕੇ ਕਹਿੰਦਾ ਘਮੰਡ ਚੰਦ ਵੀ ਤੂੰ ਇੱਕ ਪਿੰਡ ਦੀ ਗੱਲ ਕਰਦਾ ਜਾਂ 5000 ਦੀ ਗੱਲ ਨਹੀਂ ਕਰਦਾ ਤੈਨੂੰ ਪਤਾ ਨਹੀਂ ਤੂੰ ਕਿੱਡਾ ਵੱਡਾ ਕੰਮ ਕਰ ਸਕਦਾ ਜੇ ਅੱਜ ਗੁਰੂ ਗੋਬਿੰਦ ਸਿੰਘ ਨੂੰ ਮਾਰ ਦੇ ਜਿੰਨੇ ਵੀ ਪਹਾੜੀ ਰਾਜਾ ਸਾਰੇ ਮਿਲ ਕੇ ਤੇਰੇ ਨਾਂ ਤੇ ਜ਼ਖੀਰ ਲਵਾਂਗੇ ਠੀਕ ਹੈ ਜਿਹੜੀ ਤੂੰ ਗੱਲ ਕਹਿ ਰਿਹਾ ਨਾ ਗੱਲ ਏਡੀ ਵੱਡੀ ਆ ਜੇ ਤੂੰ ਇਹ ਕਰ ਦਿੱਤਾ ਜੇ ਤੂੰ ਕਰ ਦਿੱਤਾ ਅਸੀਂ ਸਾਰੇ ਮਿਲ ਕੇ ਜ਼ਖੀਰ ਤੇਰੇ ਨਾਂ ਤੇ ਲਵਾਂਗੇ ਉਹ ਕਹਿੰਦਾ ਵੀ ਜ਼ਖੀਰ ਲਾਉਣ ਲਈ ਹੋ ਜਾਓ ਤਿਆਰ ਮੇਰਾ ਨਿਸ਼ਾਨਾ ਕਦੀ ਨਹੀਂ ਜੇ ਉੱਕਦਾ ਜੀ ਤੇ ਮੈਂ ਹੁਣ ਤੋਪ ਕਰਦਾ ਸ਼ਿਸ਼ਤ ਬੰਨਦਾ ਇਹਦੀ ਮੈਂ ਸ਼ਿਸ਼ਤ ਇਹਦੀ ਐਸੀ ਬੰਨਣੀ ਆ ਹਮਲਾ ਐਸਾ ਕਰਨਾ ਉਹਨੇ ਆਪਣੀ ਸਿਫਤ ਫੇ ਆਪ ਕੀਤੀ ਆ ਮੈਂ ਤੇ ਮੇਰੇ ਭਰਾ ਸਾਡੇ ਨਿਸ਼ਾਨਾ ਕਦੀ ਉੱਕਦਾ ਹੈ ਨੀਗਾ ਰੁਸਤਮ ਖਾਂ ਦਾ ਨਾਂ ਐਵੇਂ ਨਹੀਂ ਪੂਰੀਆਂ ਮੁਗਲ ਫੌਜਾਂ 'ਚ ਜਾਣਿਆ ਜਾਂਦਾ ਨਾਸਰ ਖਾਂ ਦਾ ਨਾਂ ਐਵੇਂ ਨਹੀਂ ਸਾਰੀਆਂ ਫੌਜਾਂ 'ਚ ਜਾਣਿਆ ਜਾਂਦਾ ਮੈਂ ਹੁਣ ਨਿਸ਼ਾਨਾ ਬੰਨੂੰਗਾ ਅਤੇ ਦੇਖੋ ਸਹੀ ਗੁਰੂ ਗੋਬਿੰਦ ਸਿੰਘ ਉੱਚੀ ਟਿੱਬੀ 'ਤੇ ਬੈਠੇ ਆ ਅਤੇ ਦੇਖੋ ਤੁਹਾਡੇ ਸਾਹਮਣੇ ਕਿੱਦਾਂ ਪਰਖੱਚੇ ਉੱਡਦੇ ਆ ਲੱਭਣਾ ਨਹੀਂ ਇੱਥੇ ਨਾ ਗੁਰੂ ਅਤੇ ਨਾ ਉਹਦੇ ਸਿੱਖ ਅਤੇ ਨਾ ਉੱਚੀ ਟਿੱਬੀ ਲੱਭਣੀ ਆ ਐਡਾ ਵੱਡਾ ਗੋਲਾ ਮੈਂ ਛੱਡਣਾ ਉਹਨੇ ਸ਼ਿਸ਼ਤ ਐਨ ਪੂਰੀ ਕੀਤੀ ਠੀਕ ਜੀ ਆਲੇ ਦੁਆਲੇ ਦਾ ਜਾਇਜ਼ਾ ਲਿਆ ਰਾਹ 'ਚ ਆਉਂਦੀਆਂ ਅੜਚਨਾ ਜਿਹੜੀਆਂ ਕਿਤੇ ਦਰਖਤ ਦਰੁਖਤ ਆਉਂਦੇ ਉਹਦੇ ਵੀ ਕਿੱਥੋਂ ਗੋਲਾ ਲੰਘ ਸਕਦਾ ਆ ਸਾਰਾ ਪੂਰਾ ਐਸਟੀਮੇਟ ਲਾ ਕੇ ਅੰਦਾਜ਼ੇ ਲਾ ਕੇ ਸਾਰਾ ਕੁਛ ਕਰਕੇ ਉਹਨੇ ਫਿਰ ਉਹਨੂੰ ਦੁਬਾਰਾ ਚੈੱਕ ਕੀਤਾ ਕਿ ਐਡੀ ਵੱਡੀ ਗੱਲ ਹੋ ਰਹੀ ਆ ਅਤੇ ਉਹਨੇ ਲਾ ਕੇ ਸਾਰਾ ਕੁਛ ਪੂਰੀਆਂ ਸ਼ਿਸ਼ਤਾਂ ਬੰਨੀਆਂ ਆਪਣੇ ਭਰਾ ਨੂੰ ਸੱਦਿਆ ਕੋਲ ਲੈ ਤੂੰ ਵੀ ਦੇਖ ਲਾ ਨਾਸਰ ਖਾਨ ਨੇ ਵੀ ਦੇਖਿਆ ਰੁਸਤਮ ਖਾਨ ਨੇ ਵੀ ਦੇਖਿਆ ਗੋਲਾ ਜਿਹੜਾ ਸ਼ਬਦ ਉਹਨਾਂ ਦੇ ਪਾਵਰਫੁੱਲ ਉਹ ਪਾਇਆ ਗਿਆ ਉਹਦੀ ਰੇਂਜ ਬੰਨੀ ਗਈ ਪੂਰੀ ਦੀ ਪੂਰੀ ਜਿੱਦਾਂ ਬੰਨੀ ਜਾਂਦੀ ਉਹਦੀ ਆ ਅਤੇ ਉਹਨੇ ਐਨ ਪੂਰੀ ਤਰ੍ਹਾਂ ਕਿ ਕਿਤੇ ਇੱਕ ਸੂਤ ਦਾ ਵੀ ਫਰਕ ਨਾ ਰਹਿ ਜਾਏ ਗੋਲਾ ਅੱਗੇ ਵੀ ਛੱਡਦਾ ਆ ਨਿਸ਼ਾਨਾ ਉਹਦੇ ਕਦੀ ਵੀ ਨਹੀਂ ਅੱਗੇ ਵੀ ਨਹੀਂ ਉੱਕਦਾ ਪਰ ਅੱਜ ਕਿਉਂਕਿ ਐਡੇ ਵੱਡੇ ਨਾਮ ਦੀ ਗੱਲ ਹੋਈ ਹੈ ਜ਼ਿੰਦਗੀ 'ਚ ਪਹਿਲੀ ਵਾਰੀ ਪੂਰੇ ਖਾਨਦਾਨੀ ਤੌਰ 'ਤੇ ਰੋਟੀਆਂ ਦਾ ਇੰਤਜ਼ਾਮ ਹੋ ਰਿਹਾ ਵੱਡੇ ਨਾਮ ਮਿਲ ਰਿਹਾ ਉਹ ਕਹਿੰਦਾ ਵੀ ਉਹਨੂੰ ਕਹਿ ਦਿੱਤਾ ਇਹਨਾਂ ਨੇ ਬਾਈ ਤਾਰ ਦੇ ਰਾਜਿਆਂ ਨੇ ਰੁਸਤਮ ਖਾਂ ਤੈਨੂੰ ਇਨਾਮ ਵੀ ਸੀ ਸਾਰੇ ਦੇਣਗੇ ਤੈਨੂੰ ਪਤਾ ਨਹੀਂ ਕਿੱਡਾ ਵੱਡਾ ਕੰਮ ਕਰ ਰਿਹਾ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜੀਆਂ ਹਿੰਦੂ ਰਿਆਸਤਾਂ ਉਹਨਾਂ 'ਚ ਵੀ ਅਤੇ ਇੱਥੋਂ ਲੈ ਕੇ ਕਿ ਉਹ ਬਾਦਸ਼ਾਹ ਇੰਨਾ ਔਖਾ ਆ ਇਹਦੇ ਗੁਰੂ ਸਾਹਿਬ ਦੇ ਖਾਲਸਾ ਪੰਥ ਦੇ ਉੱਤੋਂ ਕਿ ਇੱਥੋਂ ਲੈ ਕੇ ਮੱਕੇ ਤੱਕ ਤੇਰੇ ਨਾਂ ਦੇ ਡੰਕੇ ਵੱਜਣੇ ਆ ਜੇ ਤੂੰ ਕੰਮ ਕਰ ਦਿੱਤਾ ਤਾਂ ਤੂੰ ਐਨ ਪੂਰਾ ਵੀ ਕੋਈ ਉਨਤਾ ਹੀ ਰਹਿ ਨਾ ਜਾਵੇ ਇੱਕ ਸੂਤ ਵੀ ਗੋਲਾ ਇੱਧਰ ਉੱਧਰ ਆਵੇ ਐਨ ਉਹਨੇ ਸ਼ਿਸ਼ਟ ਸ਼ਿਸ਼ਟ ਬੰਨ ਲਈ ਆ ਸ਼ਿਸ਼ਟ ਸ਼ਿਸ਼ਟ ਬੰਨ ਲਈ ਆ ਅਤੇ ਹੁਣ ਗੋਲਾ ਛੱਡਣਾ ਉਹਨੇ ਕਿਹੋ ਜਿਹੇ ਹਾਲਾਤ ਪੈਦਾ ਹੋਏ ਰੁਸਤਮ ਖਾਂ ਅਤੇ ਨਾਸਰ ਖਾਂ ਦਾ ਕੀ ਹਾਲ ਹੋਇਆ ਤਾਂ ਜੋ ਵੀ ਹਾਲਾਤ ਹੋਏ ਅਗਲੇ ਐਪੀਸੋਡ ਵਿੱਚ ਆਪ ਜੀ ਦੇ ਨਾਲ ਸਾਂਝੇ ਕੀਤੇ ਜਾਣਗੇ ਪ੍ਰੋਗਰਾਮ ਕਰਦੇ ਅਗਰ ਸਾਡੇ ਕੋਲ ਗਲਤੀ ਹੋਵੇ ਦੋਵੇਂ ਹੱਥ ਜੋੜ ਕੇ ਮਾਫ਼ੀ ਮੰਗਦੀ ਹਾਂ ਮੈਂ ਕਹਿੰਦੀ ਜਿੰਨੇ ਪਿਆਰ ਸਤਿਕਾਰ ਨਾਲ ਵੀਰ ਜੀ ਤੁਹਾਨੂੰ ਜਿਹੜੀ ਗੱਲਬਾਤ ਉਹ ਸੁਣਾਉਂਦੇ ਨੇ ਉਨੇ ਪਿਆਰ ਸਤਿਕਾਰ ਨਾਲ ਤੁਸੀਂ ਸੁਣਿਆ ਕਰੋ ਅਤੇ ਗਾਂਹ ਆਪਣੇ ਬੱਚਿਆਂ ਨੂੰ ਵੀ ਇੱਕ ਛੋਟੀ ਜਿਹੀ ਕਹਾਣੀ ਦੇ ਤੌਰ 'ਤੇ ਇੱਕ ਛੋਟੀ ਜਿਹੀ ਸਟੋਰੀ ਦੇ ਤੌਰ 'ਤੇ ਉਹਨਾਂ ਨੂੰ ਬੱਚਿਆਂ ਨੂੰ ਸਮਝਾਇਆ ਕਰੋ ਤਾਂ ਕਿ ਉਹਨਾਂ ਨੂੰ ਪਤਾ ਲੱਗ ਜਾਏ ਕਿ ਸਾਡੇ ਗੁਰੂ ਸਾਹਿਬਾਂ ਦਾ ਜੀਵਨ ਕਿਹੋ ਜਿਹਾ ਸੀ ਅਤੇ ਉਹਨਾਂ ਨੇ ਸਾਡੇ ਲਈ ਕੀ ਕੀਤਾ ਉਹਨਾਂ ਪੂਰਨਿਆਂ 'ਤੇ ਚੱਲਣ ਦੀ ਆਪਾਂ ਕੋਸ਼ਿਸ਼ ਕਰ ਸਕੀਏ ਇੱਥੇ ਹੀ ਫਤਿਹ ਬੁਲਾਉਂਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।